ਗੁਰੂ ਸਾਹਿਬ ਨੇ ਪ੍ਰਵਾਨੀਆਂ ਨੂੰ ਜੱਜ ਬਣਾ ਬਣਾ ਕੇ ਬਾਹਰ ਕੱਢਿਆ ਤੇ ਉਹਦੇ ਵਿੱਚੋਂ ਕਈ ਸਿੰਘਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹੋਈਆਂ ਨੇ ਤੇ ਦੋ ਪੁੱਤਰਾਂ ਦੀਆਂ ਸ਼ਹਾਦਤਾਂ ਤਿੰਨ ਪਿਆਰਿਆਂ ਦੀਆਂ ਸ਼ਹਾਦਤਾਂ ਇਹ ਵੀ ਹੋ ਚੁੱਕੀਆਂ ਹੋਈਆਂ ਨੇ। ਬਾਬਾ ਜ਼ੋਰਾਵਰ ਸਿੰਘ ਦੀ ਸ਼ਹਾਦਤ, ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਦੇ ਨਾਲ ਦਿਨ ਵੀ ਛਿਪ ਗਿਆ ਸੀ। ਅੱਜ ਦੀ ਵਿਚਾਰ ਹੁਣ ਇੱਥੋਂ ਆਉਂਦਾ ਹੈ। ਦਿਨ ਛਿਪਣ ਤੋਂ ਬਾਅਦ ਵਿੱਚ ਬਾਹਰ ਉਹਨਾਂ ਨੇ ਆਪਣੇ ਜਿਹੜੇ ਸਿਪਾਹੀ ਉਹਨਾਂ ਦੇ ਜ਼ਖਮੀ ਹੋਏ ਸਨ ਉਹਨਾਂ ਨੂੰ ਚੁੱਕਿਆ, ਉਹਨਾਂ ਨੂੰ ਸੰਭਾਲਿਆ। ਪਰ ਹੁਣ ਇਸ ਵੇਲੇ ਗੁਰੂ ਕਿ ਸਿੱਖਾਂ ਕੋਲ ਤਾਂ ਕੋਈ ਹੈ ਨਹੀਂ ਸੀ ਸਮਰੱਥਾ ਬਾਹਰ ਜਾਣ ਦੀ। ਤੇ ਦੂਜੀ ਗੱਲ ਹੈ, ਇਹ ਵੀ ਪਤਾ ਸੀ ਵੀ ਸਾਡਾ ਤਾਂ ਕੋਈ ਜ਼ਖਮੀ ਨਹੀਂ ਹੋਇਆ ਹੋਣਾ, ਸਾਡਾ ਤਾਂ ਸ਼ਹੀਦ ਹੀ ਹੋਇਆ। ਅੱਖਾਂ ਦੇ ਸਾਹਮਣੇ ਵਰਤਾਰੇ ਵਰਤੇ ਨੇ, ਕਿਉਂਕਿ ਇੰਨੀਆਂ ਦੀ ਗਿਣਤੀ ਚ ਜ਼ਖਮੀ ਹੋਣ ਦੀ ਆਸ ਨਹੀਂ ਹੋ ਸਕਦੀ, ਸ਼ਹੀਦ ਹੋਣ ਦੀ ਆਸ ਹੋ ਸਕਦੀ। ਇਸ ਲਈ ਗੁਰੂ ਘਰ ਵੱਲੋਂ ਤਾਂ ਆਪਣੇ ਕੋਈ ਬਾਹਰ ਜ਼ਖਮੀ ਦੇਖਣ ਦੀ ਲੋੜ ਹੀ ਨਹੀਂ ਸੀ। ਅੰਦਰ ਗੁਰੂ ਕੇ ਸਿੱਖਾਂ ਨੇ ਰੱਬ ਜਾਣੇ ਕਿਵੇਂ ਆਪਣੇ ਜਜ਼ਬਾਤਾਂ ਨੂੰ ਸੰਭਾਲਿਆ ਹੋਇਆ। ਇੱਥੋਂ ਤੱਕ ਕਈ ਵਾਰੀ ਅੱਖਾਂ ਚੱਖਾਂ ਵੀ ਨਹੀਂ ਪਾਉਂਦੇ, ਕਿਤੇ ਇੱਕ ਦੂਜੇ ਦਾ ਮਨ ਦੇਖ ਕੇ ਇੰਨਾ ਭਰਿਆ ਹੋਇਆ ਹੈ। ਗੁਰੂ ਪੁੱਤਰਾਂ ਦੀ ਸ਼ਹਾਦਤ ਵੇਖ ਕੇ, ਗੁਰੂ ਪਿਆਰਿਆਂ ਦੀ ਸ਼ਹਾਦਤ ਵੇਖ ਕੇ ਕਿਤੇ ਅੱਖਾਂ ਡੁੱਲ ਨਾ ਜਾਣ। ਗੁਰੂ ਕਲਗੀਧਰ ਪਾਤਸ਼ਾਹ ਨੇ ਆਵਾਜ਼ ਮਾਰੀ, ਭਲਿਓ ਆਓ ਰੱਬ ਦਾ ਸ਼ੁਕਰ ਕਰੀਏ, ਆਓ ਪਰਮੇਸ਼ਵਰ ਦੀ ਬਾਣੀ ਪੜ੍ਹੀਏ, ਆਓ ਰੱਬ ਦੇ ਪਿਆਰ ਵਿੱਚ ਜੁੜੀਏ। ਜਿੰਨੇ ਕੁ ਸਿੰਘ ਸਨ, 11 ਦਾ ਜ਼ਿਕਰ ਉੱਥੇ, ਉਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਕੋਲ ਇਕੱਠੇ ਹੋ ਗਏ। ਸਾਹਿਬ ਨੇ ਬੜੀ ਅਡੋਲਤਾ ਦੇ ਨਾਲ ਰੱਬੀ ਬਾਣੀ ਦਾ ਪਾਠ ਕੀਤਾ। ਪਾਠ ਕਰਨ ਤੋਂ ਬਾਅਦ ਅਰਦਾਸ ਕੀਤੀ, ਜਿਹੜੇ ਸ਼ਹੀਦ ਹੋ ਗਏ ਸਨ ਉਹਨਾਂ ਦੇ ਜੀਵਨ ਦੀ ਸਫਲਤਾ ਦੀ ਅਰਦਾਸ ਕੀਤੀ। ਉਹਨਾਂ ਨੇ ਆਪਣੇ ਜੀਵਨ ਦਾ ਸਫ਼ਰ ਮੁਕੰਮਲ ਕਰ ਲਿਆ ਸੀ। ਮਰਗ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਜਿਹਨਾਂ ਦੇ ਨਾਲ ਬਾਕੀ ਬੱਚੇ ਨੇ ਸਵੇਰੇ ਕੀ ਹੋਣਾ ਹੈ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਸਤਿਗੁਰੂ ਪਰਮੇਸ਼ਵਰ ਦੀ ਕਿਰਪਾ ਕਰਿਓ, ਤੇਰੇ ਸੱਚ ਦੇ ਪ੍ਰਵਾਨੇ ਆਉਣ ਵਾਲੇ ਸਮੇਂ 'ਚ ਅਡੋਲ ਲੈ ਸਕਣ। ਡੰਡੋਤ ਬੰਧਨ ਅਨੁਕਬਾਰ ਸਰਬ ਕਲਾ ਸਮਰੱਥ, ਡੋਲਣ ਦੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਅਰਦਾਸ ਕਰਨ ਤੋਂ ਬਾਅਦ ਜਿਹੜੇ ਸਿੰਘ ਨੇ ਗਿਆ, ਉਹ ਹੁਣ ਆਪਸ ਵਿੱਚ ਹੀ ਵਿਚਾਰ ਕਰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਇੱਕ ਪਾਸੇ ਨੇ, ਮੈਂ ਬੇਨਤੀ ਕੀਤੀ ਸੀ ਵੀ ਇਉਂ ਇੱਕ ਵਾਰੀ ਫਿਰ ਦੁਹਰਾ ਲਓ, ਇਹਨਾਂ ਉੱਚੀਆਂ ਕੰਧਾਂ ਨੇ। ਇਹ ਹੁੰਦੀ ਸੀ ਤਮੰਨਾ ਵੀ ਕੋਈ ਚੋਰ ਉੱਤੋਂ ਦੀ ਟੱਪ ਕੇ ਨਾ ਲਏ। ਲੋਕਾਂ ਨੇ ਉੱਚੀਆਂ ਕੰਧਾਂ ਬਣਾਈਆਂ ਹੁੰਦੀਆਂ ਸਨ, ਸੀ ਕੱਚੀਆਂ। ਉਹਦੇ ਸਾਹਮਣੇ ਵਾਲੇ ਪਾਸੇ ਇੱਕ ਦਰਵਾਜ਼ਾ ਹੈ, ਪਿੱਛੇ ਇੱਕ ਛੋਟਾ ਜਿਹਾ ਕਮਰਾ ਹੈ ਤੇ ਉਹਦੇ ਉੱਤੇ ਇੱਕ ਮੰਮਟੀ ਹੈ। ਹੁਣ ਰਾਤ ਨੂੰ ਗੁਰੂ ਕੇ ਸਿੰਘ ਨੇ ਜਿਹੜੇ ਉਹ ਇਸ ਕਮਰੇ ਵਿੱਚ ਬੈਠ ਕੇ ਰੱਬੀ ਬਾਣੀ ਪੜ੍ਹੀ। ਫਿਰ ਆਪਸ ਵਿੱਚ ਵਿਚਾਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਇੱਕ ਪਾਸੇ ਨੇ, ਵਿਚਾਰ ਕਰਦੇ ਨੇ ਭਲਿਓ ਅਸੀਂ ਜੋ ਕੁਝ ਵੀ ਹਾਂ ਹੈ ਤਾਂ ਗੁਰੂ ਕਰਕੇ ਹੈ, ਸਿੱਖ ਹੈ ਤਾਂ ਗੁਰੂ ਕਰਕੇ, ਖਾਲਸਾ ਹੈ ਤਾਂ ਗੁਰੂ ਕਰਕੇ, ਆਨੰਦ ਹੈ ਤਾਂ ਗੁਰੂ ਕਰਕੇ, ਜੀਵਨ ਹੈ ਤਾਂ ਗੁਰੂ ਕਰਕੇ, ਜੋ ਕੁਛ ਹੈ ਸਾਡੇ ਕੋਲ ਉਹ ਗੁਰੂ ਕਰਕੇ ਹੈ। ਜੇ ਸਾਡੇ ਕੋਲ ਗੁਰੂ ਹੀ ਨਾ ਰਿਹਾ ਫਿਰ ਤੇ ਇੱਡੀ ਵੱਡੀ ਦੋਵੀਂ ਜੰਗ ਲੜ ਕੇ ਵੀ ਪਰ ਸਾਡੀ ਕ੍ਰਾਂਤੀ ਕੀ ਹੋਵੇਗੀ, ਉਹ ਤੇ ਆਪਣੀ ਮਨਸ਼ਾ ਪੂਰਾ ਹੋ ਜਾਏਗਾ ਅੰਦਰ ਉੱਤੇ। ਸਾਨੂੰ ਅੱਜ ਕੁਝ ਸੋਚਣਾ ਵਿਚਾਰਨਾ ਚਾਹੀਦਾ, ਜੇ ਹਾਲਾਤ ਇਵੇਂ ਦੇ ਰਹੇ ਤੇ ਕੱਲ ਸਵੇਰ ਦੇ ਦਿਨ ਵਿੱਚ ਤੇ ਕੋਈ ਇਹੋ ਜਿਹੀ ਕੋਈ ਦੋ ਰਾਵਾਂ ਨਹੀਂ, ਸਾਡੇ ਵਿੱਚ ਕੋਈ ਵੀ ਇੱਥੇ
ਬੇਟਾ ਸ਼ਹਾਦਤ ਤੋਂ ਨਹੀਂ ਰਹੇਗਾ, ਸਾਰਿਆਂ ਨੂੰ ਸ਼ਹਾਦਤਾਂ ਦੇ ਜਾਮ ਪੀੜੇ ਪੈ ਜਾਣੇ। ਆਪਾਂ ਕਿਸੇ ਤਰੀਕੇ ਗੁਰੂ ਜੀ ਨੂੰ ਇੱਥੇ ਭੇਜ ਦੇਈਏ, ਸਾਰੇ ਜਿਹੜੇ ਸਲਾਹ ਵਿਚਾਰ ਕਰਕੇ ਆਖਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ ਗਏ। ਹਜ਼ੂਰ ਵੀ ਉੱਠ ਕੇ ਖਲੋਗੇ, ਕਹਿਣ ਲੱਗੇ ਸਿੰਘੋ ਦੱਸੋ ਕੀ ਗੱਲ, ਕਿਹੜੀ ਗੱਲ ਡਾਕਟਰ ਉਲਝੇ ਹੋਏ ਰਹਿੰਦੇ ਹੋ। ਸਿੰਘਾਂ ਨੇ 11 ਦੇ 11 ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਕਰਤਾਰ ਸਿੰਘ ਬਲਗੜ ਦੇ ਬੋਲ ਨੇ, ਵਿੱਚੋਂ ਵਿੱਚੋਂ ਮੈਂ ਕਿਚ ਕਿਚੇ ਸਾਰਾ ਲਿਆ ਕਰਾਂਗੇ ਉਹਨਾਂ ਦਾ ਹੱਥ ਜੋੜ ਬੇਨਤੀ ਕਰਨ ਲੱਗੇ। ਉਹਨੇ ਦਾਦੇ ਦਾਦੇ ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ, ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ, ਪਾਸਾ ਅਸੀਂ ਕੋਈ ਜਗਤ ਦਾ ਥੰਮਣਾ ਨਹੀਂ, ਜੇ ਤੂੰ ਦਾ ਦਸ਼ਮੇਸ਼ ਜੁਲੇ ਗੋਬਿੰਦ ਸਿੰਘ ਹੋਣ ਕੇ ਫਿਰ ਜੰਮਣਾ ਨਹੀਂ। ਸਾਡੇ ਵਰਗੇ ਜਦ ਪਤਾ ਨਹੀਂ ਇੱਕ ਅੱਖ ਦੇ ਝਲਕਾਰੇ ਚ ਕਿੰਨੇ ਕੁ ਪੈਦਾ ਕਰ ਸਕਦਾ, ਕਿਉਂਕਿ ਬਲਿਹਾਰੀ ਪੂਰੇ ਆਪਣੇ ਦਿਓਹਾਰੀ ਸਰਦਾਰ ਜਿਹਨੂੰ ਮਾਨਸ ਦੇ ਦੇਵਤੇ ਕੀ ਕਰ ਨਾ ਰਾਜੀ ਵਾਹਿਗੁਰੂ ਕੋਲ ਤਾਂ ਸਮਰੱਥ ਹੈ। ਅਮੇ ਉਹ ਦ੍ਰਿਸ਼ ਸ਼ੁਭ ਕਰੇ ਹਰੇ ਅਗ ਪਾਪ ਸ਼ਕਲ ਮਲ, ਕਾਮ ਕਰੋ ਦਾ ਰੋਪ ਮੋਹ ਪਸ ਕਰੇ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੇ, ਗੁਰ ਨਾਮ ਨਿਜ ਦਰਿਆਉ ਜਨਮ ਹਮ ਕਾਰਕ ਧੋਵੇ। ਗੁਰੂ ਕੋਲ ਤਾਂ ਸਮਰੱਥ ਹੈ। ਸਤਿਗੁਰੂ ਸਾਡੀ ਵਿਚਾਰ ਹੈ, ਸਾਨੂੰ ਸਾਡੇ ਹਾਲਾਤਾਂ ਤੇ ਛੱਡ ਕੇ ਤੁਸੀਂ ਚਲੇ ਜਾਓ, ਗੱਡੀ ਛੱਡ ਜਾਓ। ਮੈਂ ਕੱਲ ਵੀ ਛੋਟਾ ਜਿਹਾ ਇਸ਼ਾਰਾ ਕੀਤਾ ਸੀ, ਬੇਨਤੀ ਪਿਆਰ ਵਾਲੇ ਨੂੰ, ਸਿੱਖ ਹਮੇਸ਼ਾ ਚਾਹੁੰਦਾ ਹੈ, ਹਮੇਸ਼ਾ ਚਾਹੁੰਦਾ ਹੈ ਭਾਈ ਮੇਰਾ ਪਿਆਰਾ ਮੇਰੀਆਂ ਅੱਖਾਂ ਦੇ ਸਾਹਮਣੇ ਰਵੇ। ਵੈਸੇ ਪਿਆਰੇ ਦੀ ਮੰਗ ਹੀ ਆਉਂਦੀ ਹੈ, ਜਿਹਨੂੰ ਕਿਸੇ ਨਾ ਕਿਸੇ ਨਾਲ ਪਿਆਰ ਹੋਵੇ, ਮਾਂ ਨੂੰ ਆਪਣੇ ਪੁੱਤ ਨੂੰ ਧੀ ਨਾਲ ਪਿਆਰ ਹੋਵੇ, ਪਤੀ ਪਤਨੀ ਦਾ ਪਿਆਰ ਹੋਵੇ, ਭੈਣ ਭਰਾ ਦਾ ਪਿਆਰ ਹੋਵੇ, ਪਤੀ ਜਿਹੜੇ ਮਰਜ਼ੀ ਰਿਸ਼ਤੇ ਦੀ ਆਪਾਂ ਗੱਲ ਕਰ ਲਈਏ, ਉਹ ਚਾਹੁੰਦੇ ਨੇ ਵੀ ਮੇਰਾ ਪਿਆਰਾ ਮੇਰੀ ਅੱਖਾਂ ਦੇ ਸਾਹਮਣੇ। ਉਹਦੇ ਲਈ ਤਾਂ ਕੰਢ ਕਰਨੀ ਸਿੱਧੇ ਅਰਾਧਨ ਬਰਾਬਰ ਹੁੰਦਾ ਹੈ। ਕਰਵਤ ਭਲਾ ਨਾ ਕਰਵਟ ਤੇਰੀ, ਲਾ ਕਲੇ ਸੁਣ ਬੇਨਤੀ ਮੇਰੀ, ਕਿਉਂ ਵੀ ਗਿਰਦਾ ਹੋਵੇਗਾ ਜਿਹੜੇ ਰੋਜ਼ ਅਰਦਾਸ ਕਰਦੇ ਨੇ ਦਰਸ਼ਨ ਵੇਖ ਜੀਵਾਂ ਕੋਲ ਤੇਰਾ, ਪੂਰਨ ਕਰਮ ਖੋਏ ਪ੍ਰਭ ਮੇਰਾ, ਸਗਲ ਭਵਨ ਕੇ ਨਾਇਕਾ ਇੱਕ ਸ਼ਿਰ ਦਰਸ਼ ਦਿਖਾਏ ਜੀ। ਵੱਖੋ ਵੱਖਰੀਆਂ ਪੰਕਤੀਆਂ ਨੇ, ਉਹਨਾਂ ਦੇ ਮਨ ਵਿੱਚ ਕਿਵੇਂ ਸ਼ਬਦ ਆਏ ਹੋਣਗੇ, ਕਿਵੇਂ ਕਹੇ ਹੋਣਗੇ ਵੀ ਤੂੰ ਇੱਥੋਂ ਚਲਾ ਜਾ। ਹਜ਼ੂਰ ਨੇ ਬੜੀ ਗੰਭੀਰਤਾ ਨਾਲ ਗੱਲ ਸੁਣੀ, ਗੱਲ ਸੁਣ ਕੇ ਫਿਰ ਸਿੰਘਾਂ ਨੂੰ ਜਵਾਬ ਦਿੰਦੇ ਨੇ, ਕਹਿੰਦੇ ਨੇ ਭਲਿਓ ਅੱਗੋਂ ਕਿਹਾ ਗੁਰਾਂ ਨੇ, ਸੁਣੋ ਸਿੰਘੋ ਕੀ ਮੈਂ ਮੁਸ਼ ਪਾ ਕੇ ਭੱਜ ਜਾਵਾਂ, 4 ਦਿਨਾਂ ਦੀ ਪੂਰੀ ਜ਼ਿੰਦਗੀ ਲਈ ਮੈਂ ਘੋੜਾ ਬਿਠਾ ਕੇ ਭੱਜ ਜਾਵਾਂ, ਅੰਮ੍ਰਿਤ ਦੇ ਕੇ ਜਿਹਨਾਂ ਨੂੰ ਅਮਰ ਕੀਤਾ ਉਹ ਮੈਂ ਪੁੱਤ ਮਰਵਾ ਕੇ ਭੱਜ ਜਾਵਾਂ, ਮੌਤ ਟੀਕਣਾ ਜਿਹਨਾਂ ਨੇ ਦਿੱਤਾ ਸਾਥ ਮੇਰਾ ਉਹ ਮੈਂ ਪੁੱਤ ਮਰਵਾ ਕੇ ਭੱਜ ਜਾਵਾਂ, ਜੇਕਰ ਆਸ ਮੈਥੋਂ ਇਉਂ ਰੱਖਦੇ ਹੋ ਤਾਂ ਸੱਚ ਜਾਣੋ ਤੁਸੀਂ ਕੁਛ ਜਾਣਦੇ ਨਹੀਂ, ਤੁਸੀਂ ਵਕਤ ਨੂੰ ਭਾਵੇਂ ਪਛਾਣਦੇ ਹੋ ਪਰ ਗੋਬਿੰਦ ਸਿੰਘ ਨੂੰ ਉਹਨੇ ਪਛਾਣਦੇ ਨਹੀਂ। ਮੰਨੇ ਤੁਸੀਂ ਵਕਤ ਦੀ ਨਜ਼ਾਕਤ ਨੂੰ ਵੇਖਦੇ ਹੋਵੋਗੇ ਪਰ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਪਛਾਣਿਆ। ਇਹਨਾਂ ਚਿਰ ਕੌਣ ਲੈ ਗਿਆ, ਮੈਂ ਆਪਣੇ ਪਿਆਰਿਆਂ ਨੂੰ ਇੱਥੇ ਛੱਡ ਕੇ, ਮੈਂ ਆਪਣੇ ਸਿੱਖਾਂ ਨੂੰ ਇੱਥੇ ਛੱਡ ਕੇ, ਮੈਂ ਆਪਣੇ ਪੁੱਤਾਂ ਨੂੰ ਇੱਥੇ ਛੱਡ ਕੇ ਕਿਹੜਾ ਮੂੰਹ ਲੈ ਕੇ ਕਦਮ ਲੈ ਕੇ ਨਿਕਲ ਜਾਵਾਂ, ਮੇਰੇ ਕਦਮ ਕਿਵੇਂ ਸਾਥ ਦੇਣਗੇ ਮੈਨੂੰ, ਤੁਸੀਂ ਕਿਵੇਂ ਕਹਿ ਚੁਣ ਚਲਾ ਜਾਵਾਂ। ਜਿਹਨਾਂ ਸਿੱਖਾਂ ਨੇ ਕਦੇ ਇੱਕ ਪੈਸਾ ਬਿਨਾਂ ਮੰਗਿਆ, ਜਿਹਨਾਂ ਸਿੱਖਾਂ ਨੇ ਮੈਨੂੰ ਸੁੱਖ ਵਿੱਚ ਰੱਖਿਆ, ਜਿਹਨਾਂ ਸਿੱਖਾਂ ਨੇ ਮੇਰੇ ਇਸ਼ਾਰੇ ਤੇ ਮੌਤ ਤੱਕ ਮੇਰਾ ਸਾਥ ਦਿੱਤਾ, ਉਹਨਾਂ ਇੱਕ ਮੱਥੇ ਪੱਟ ਬਿਨਾਂ ਪਾਇਆ, ਮੈਂ ਜੀਵ ਥਾਪੜਾ ਦੇਤਾ, ਗੜੀ ਚੋਂ ਬਾਹਰ ਨਿਕਲ ਕੇ ਜੂਝ ਕੇ ਲੜਿਆ, ਮੈਂ ਉਹ ਪੁੱਤਾਂ ਦੇ ਕੋਲ ਦੀ ਕਿਵੇਂ ਲੜ ਜਾਵਾਂ, ਸਿੱਖਾਂ ਦੇ ਕੋਲ ਦੀ ਕਿਵੇਂ ਲੜ ਜਾਵਾਂ,
ਮੇਰੇ ਕਿਵੇਂ ਕਦਰ ਸਾਥ ਜਿਹੜੇ ਉਹਨਾਂ ਦੇ ਕੋਲ ਦੀ ਲੰਘਦੇ ਹੋ, ਮੇਰੇ ਕੋਲ ਨਹੀਂ ਜੇ ਜਾਇਆ ਕਰਨਾ। ਸਿੰਘਾਂ ਵਿੱਚ ਬੜੀ ਨਿਰਾਸ਼ਾ ਵਾਲੀ ਸੋਚ ਆ ਗਈ, ਹੁਣ ਕੀ ਕਰੀਏ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਗੁਰੂ ਦਾ ਦਿੱਤਾ ਹੋਇਆ ਇੱਕ ਹੱਕ, ਗੁਰੂ ਦਾ ਦਿੱਤਾ ਹੋਇਆ ਇੱਕ ਅਧਿਕਾਰ, ਅੱਜ ਆਪਾਂ ਉਹਨੂੰ ਵਰਤਦੇ, ਅੱਜ ਤੱਕ ਕਦੇ ਨਹੀਂ ਵਰਤਦੇ, ਅੱਜ ਉਹਨੂੰ ਵਰਤਦੇ। ਕਹਿਣ ਲੱਗੇ ਉਹ ਕਿਹੜਾ? ਕਹਿੰਦੇ ਜਦੋਂ ਅਨੰਦਪੁਰ ਸਾਹਿਬ ਖੰਡੇ ਬਾਟੇ ਦੀ ਪਹੁੰਚ ਮਿਲੀ ਸੀ ਨਾ, ਉਦੋਂ ਇੱਕ ਦੂਜੇ ਨਾਲ ਵਾਅਦਾ ਹੋਇਆ ਸੀ ਹੁਕਮ ਰਜਾਈ ਚੱਲਣਾ, ਘਰੇ ਲੋੜ ਪਈ ਤੇ ਪੰਜ ਫੈਸਲਾ ਘਰੇ ਕਰਨਗੇ ਤੇ ਅੱਜ ਉਹਨਾਂ ਪੰਜਾਂ ਦਾ ਫੈਸਲਾ ਹੋਏਗਾ। ਗਿਆਰਾਂ ਵਿੱਚੋਂ ਛੇ ਸਿੰਘ ਬੈਠ ਕੇ, ਪੰਜ ਸਿੰਘ ਖੜੋਤੇ ਤਿਆਰ ਪ੍ਰਤਿਆਰ, ਤੇ ਗੁਰੂ ਕਲਗੀ ਧਰ ਪਾਤਸ਼ਾਹ ਨੂੰ ਆਵਾਜ਼ ਮਾਰੀ। ਕਹਿਣ ਲੱਗੇ ਗੋਬਿੰਦ ਸਿੰਘ, ਖਾਲਸੇ ਦੀ ਕਚਹਿਰੀ ਲੱਗੀ ਹੈ ਤੇ ਤੈਨੂੰ ਕਚਹਿਰੀ ਵਿੱਚ ਆਉਣ ਦਾ ਸੱਦਾ ਹੈ, ਖਾਲਸੇ ਦਾ ਦਰਬਾਰ ਲੱਗਿਆ ਹੈ, ਅੱਜ ਤੈਨੂੰ ਖਾਲਸੇ ਦੇ ਦਰਬਾਰ ਵਿੱਚ ਆਉਣ ਦਾ ਸੱਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵੀ ਸਮਝ ਗਏ ਭਈ ਅੱਜ ਮੇਰਾ ਹੀ ਸਾਡਾ ਖਾਲਸਾ ਮੇਰੇ ਦਿੱਤੇ ਅਧਿਕਾਰ ਨੂੰ ਮੇਰੇ ਲਈ ਵਰਤਣ ਲੱਗਾ। ਹਜ਼ੂਰ ਬੜੇ ਅਦਬ ਨਾਲ ਜਾ ਕੇ ਹਾਜ਼ਰ ਹੋਏ, ਕਹਿ ਲੱਗੇ ਖਾਲਸਾ ਜੀ ਤੁਹਾਡੀ ਕਚਹਿਰੀ ਵਿੱਚ ਗੁਰੂ ਹਰਗੋਬਿੰਦ ਸਿੰਘ ਦਾ ਪੁੱਤਰ ਗੁਰੂ ਤੇਗ ਬਹਾਦਰ ਸਿੰਘ ਦਾ ਪੁੱਤਰ ਹਾਜ਼ਰ ਹੈ, ਆਪਣਾ ਨਾਂ ਨਹੀਂ ਲਿਆ ਕੋਈ, ਬਈ ਕੋਈ ਹੰਕਾਰ ਦੀ ਪ੍ਰਗਟਾਵਾ ਹੋਵੇ। ਉਹਨਾਂ ਬੱਚਾ ਸਿੰਘਾਂ ਨੇ ਫਿਰ ਗੁਰੂ ਨਾਲ ਗੱਲ ਕੀਤੀ। ਭਾਈ ਦਇਆ ਸਿੰਘ ਕਹਿਣ ਲੱਗੇ ਤੂੰ ਹੈ ਖਾਲਸ, ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ, ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ, ਇਹਦਾ ਹੁਕਮ ਪੜਤਾਉਣ ਦੀ ਆਗਿਆ ਨਹੀਂ, ਤੇਰੀ ਜਾਨ ਅਮਾਨਤ ਖਾਲਸੇ ਦੀ, ਇਹਨੂੰ ਕਿਤੇ ਗਵਾਉਣ ਦੀ ਆਗਿਆ ਨਹੀਂ, ਤੇਰੀ ਜਾਨ ਤਾਂ ਖਾਲਸੇ ਦੀ ਅਮਾਨਤ ਹੈ, ਕਿੱਥੇ ਤੂੰ ਆਪਣੀ ਮਰਜ਼ੀ ਨੂੰ ਆਪੇ ਕਿਵੇਂ ਛੱਡ ਦੇਗਾ। ਇਹਨੇ ਖਾਲਸਾ ਸੋਚੇਗਾ ਵੀ ਕਿੱਥੇ ਲੋੜ ਪੈਣੀ ਹੈ, ਤੈਨੂੰ ਖਾਲਸੇ ਵੱਲੋਂ ਹੁਕਮ ਹੈ ਅੱਜ ਦੀ ਰਾਤ ਤੈਨੂੰ ਗੱਡੀ ਛੱਡ ਕੇ ਜਾਣਾ ਪਏਗਾ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੇਲੇ ਕਿਹਾ ਕਹਿਣ ਲੱਗੇ ਮੈਂ ਗੱਡੀ ਛੱਡ ਜਾਂਗਾ। ਕਦੇ ਬਗਾਨੀਆਂ ਕਿਹਾ ਅਨੰਦਪੁਰ ਸਾਹਿਬ ਨੂੰ ਛੱਡ ਦੇ, ਮੈਂ ਛੱਡ ਦਿੱਤਾ, ਅੱਜ ਮੇਰੇ ਆਪਣੇ ਹੀ ਕਹਿੰਦੇ ਨੇ ਗੱਡੀ ਨੂੰ ਛੱਡ ਦੇ, ਮੈਂ ਛੱਡ ਜਾਂਗਾ। ਜਿਹੜੇ ਗੁਰੂ ਲਈ ਸਿੱਖ ਪੜਦਾ ਮਨ ਚਾਹ ਪੈਦਾ, ਪ੍ਰਭ ਆਗਮ ਸੁਣਿਆ, ਮੇਰੇ ਮਨ ਚ ਚਾਹ ਪੈਦਾ ਹੋ ਗਿਆ ਜਦੋਂ ਮੈਂ ਸੁਣਿਆ ਗੁਰੂ ਨੇ ਆਉਣਾ ਹੈ, ਤੇ ਉਹ ਕਿਹੋ ਜਿਹੀ ਅਵਸਥਾ ਹੋਵੇ ਵੀ ਜਦੋਂ ਗੁਰੂ ਨੂੰ ਕਹਿੰਦੇ ਹੋਵੇ ਵੀ ਤੂੰ ਚਲਾ ਲੈਣਾ, ਯਾਨੀ ਵਕਤ ਕਿਹੋ ਜਿਹੇ ਧੱਕੇ ਦਿੰਦਾ ਹੈ, ਵਕਤ ਕਿਹੋ ਜਿਹੇ ਸਮੇਂ ਆਪਣੇ ਨਜ਼ਰਾਂ ਨਾਲ ਦਿਖਾ ਦਿੰਦਾ, ਅਸੀਂ ਤਾਂ ਕੁਛ ਵੀ ਨਹੀਂ, ਤਦ ਵੀ ਬਹੁਤ ਵਾਰੀ ਡਗਮਗਾ ਜਾਂਦੇ। ਗੁਰੂ ਕਲਗੀ ਧਰ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਖਾਲਸਾ ਜੀ ਕੁਛ ਬੇਨਤੀਆਂ ਮੈਂ ਕਰ ਸਕਦਾ ਤੁਹਾਡੀ ਕਚਹਿਰੀ ਵਿੱਚ? ਕਹਿਣ ਲੱਗੇ ਦੱਸੋ। ਕਹਿਣ ਲੱਗੇ ਪਹਿਲੀ ਬੇਨਤੀ ਤਾਂ ਇਹ ਹੈ ਵੀ ਤੁਸੀਂ ਬੜੀ ਸੇਵਾ ਕੀਤੀ, ਮੈਂ ਪਾਣੀ ਮੰਗਾਂ ਤੁਸੀਂ ਖੂਨ ਵਹਾ ਦਿੰਦੇ ਹੋ, ਮੈਂ ਜਾਨ ਮੰਗਾਂ ਤੁਸੀਂ ਸੀਸ ਭੇਟ ਕਰ ਦਿੰਦੇ ਹੋ, ਮੈਂ ਇਸ਼ਾਰਾ ਕਰਾਂ ਤੁਸੀਂ ਕੁਰਬਾਨੀਆਂ ਦੇ ਦਿੰਦੇ ਹੋ, ਸ਼ਹਾਦਤਾਂ ਦੇ ਦਿੰਦੇ ਹੋ, ਮੈਂ ਇੱਕ ਇਸ਼ਾਰਾ ਕਰਾਂ ਤੁਸੀਂ ਸੀਸ ਭੇਟ ਕਰ ਦਿੰਦੇ ਹੋ। ਸਾਡੇ ਘਰ ਤਾਂ ਪਿਆਰ ਦੀਆਂ ਚਿੱਠੀਆਂ ਵੀ ਕਿਰਪਾਨਾਂ ਦੀਆਂ ਲੋਕਾਂ ਨਾਲ ਲਿਖੀਆਂ ਜਾਂਦੀਆਂ ਨੇ, ਲੋਕਾਂ ਦੇ ਪਿਆਰਾਂ ਦੇ ਚਿੱਠੀਆਂ ਪਿਆਰਾਂ ਦੇ ਲੈਟਰ ਜਿਹੜੇ ਨੇ ਉਹ ਕਿਸੇ ਕੰਨ ਦੁਆਰ ਨਾਲ ਲਿਖੇ ਜਾਂਦੇ ਨੇ, ਸਾਡੇ ਘਰ ਤਾਂ ਪਿਆਰਿਆਂ ਦੀ ਪਰਖ ਵੀ ਕਿਰਪਾਨਾਂ ਨਾਲ ਹੋਈ ਹੈ, ਮੈਨੂੰ ਤੁਸੀਂ ਕਦੇ ਵੀ ਨਹੀਂ ਬੋਲਿਆ। ਇੰਨੇ ਲੰਬੇ ਸਮੇਂ ਦੀ ਸੇਵਾ ਕਰਨ ਵਾਲੇ ਹੋ, ਅੱਜ ਮੇਰਾ ਜੀ ਕਰਦਾ ਅੱਜ ਰਾਤ ਨੂੰ ਤੁਸੀਂ ਪੈ ਜਾਓ, ਤੁਸੀਂ ਸੌ ਜਾਓ ਤੇ ਮੈਂ ਤੁਹਾਡੀ ਸੇਵਾ ਕਰਾਂ।
ਅੱਜ ਰਾਤ ਮੇਰਾ ਜੀ ਕਰਦਾ ਹੈ, ਅੱਜ ਦੀ ਰਾਤ ਮੈਂ ਤੁਹਾਡੀ ਖਿਦਮਤ ਕਰਾਂ, ਮੈਂ ਤੁਹਾਡੀ ਪਹਿਰੇਦਾਰੀ ਕਰਾਂ, ਮੈਂ ਤੁਹਾਡਾ ਚੌਕੀਦਾਰ ਕਰਾਂ। ਖਾਲਸੇ ਨੇ ਮੈਂ ਪ੍ਰਵਾਨ ਕੀਤੀ। ਦੂਜੀ ਗੱਲ ਇਹ ਹੋਈ, ਕਹਿੰਦੇ ਕਿਰਪਾ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ। ਦੂਜੀ ਗੱਲ ਇਹ ਹੈ ਵੀ ਸਿੰਘੋ, ਜਦੋਂ ਕੋਈ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਾਏਗਾ, ਜਦੋਂ ਕੋਈ ਗੁਰੂ ਅਰਜਨ ਪਾਤਸ਼ਾਹ ਦਾ ਇਤਿਹਾਸ ਸੁਣਾਏਗਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਾਂ ਬਾਕੀ ਕਿਸੇ ਵੀ ਗੁਰੂ ਦਾ, ਕਿਸੇ ਵੀ ਭਗਤ ਦਾ, ਕਿਸੇ ਵੀ ਸਿੱਖ ਦਾ ਇਤਿਹਾਸ ਸੁਣਾਏਗਾ ਨਾ, ਤੇ ਸਿੱਖ ਬੜੇ ਮਾਣ ਨਾਲ ਸਿਰ ਉੱਚਾ ਕਰਕੇ ਸੁਣਾਏਗਾ। ਪਰ ਜਦੋਂ ਕਿਤੇ ਮੇਰਾ ਇਤਿਹਾਸ ਸੁਣਾਏਗਾ ਤੇ ਸਿੱਖ ਨੀਂ ਨੀ ਪਾਲਿਆ ਕਰੇਗਾ, ਕਿਉਂਕਿ ਚਮਕੌਰ ਦੀ ਗੜੀ ਚ ਚੋਰਾਂ ਵੱਲੋਂ ਨਿਕਲ ਗਿਆ ਸੀ। ਸਿੰਘੋ ਮੈਂ ਨਹੀਂ ਚਾਹੁੰਦਾ ਖਾਲਸੇ ਦਾ ਕਿਤੇ ਸਰਨੀਮਾ ਹੋਵੇ, ਮੈਂ ਨਹੀਂ ਚਾਹੁੰਦਾ ਸਿੱਖ ਕਦੇ ਸਰਨੀਮਾ ਕਰਕੇ ਤੁਰੇ, ਮੈਂ ਚਾਹੁੰਦਾ ਸਿੱਖ ਅਣਖ ਤੇ ਗੈਰਤ ਨਾਲ ਜੀਵੇ। ਇਸ ਲਈ ਜਦੋਂ ਮੈਂ ਚਮਕੌਰ ਦੀ ਕੜੀ ਵਿੱਚੋਂ ਜਾਵਾਂ, ਮੈਂ ਚੋਰਾਂ ਵਾਂਗੂ ਨਾਲ ਜਾਵਾਂ, ਮੈਂ ਇੱਕ ਵਾਰੀ ਬੋਲ ਕੇ, ਮੈਂ ਇੱਕ ਵਾਰੀ ਦੱਸ ਕੇ, ਇੱਕ ਵਾਰੀ ਕਹਿ ਕੇ ਜਾਵਾਂ, ਮੈਂ ਇਹਨਾਂ ਨੂੰ ਸੁਚੇਤ ਕਰਕੇ ਜਾਵਾਂ, ਮੈਂ ਚੋਰਾਂ ਵਾਂਗੂ ਨਹੀਂ ਜਾਣਾ ਚਾਹੁੰਦਾ। ਖਾਲਸੇ ਨੇ ਇਹ ਵੀ ਗੱਲ ਪ੍ਰਵਾਨ ਕਰ ਲਈ, ਇਹ ਵੀ ਪ੍ਰਵਾਨ ਹੈ। ਰਾਤ ਦਾ ਵਕਤ ਸੀ, ਪ੍ਰਸ਼ਾਦਾ ਪਾਣੀ ਤਾਂ ਕਿੱਥੇ ਮਿਲਣਾ ਸੀ, ਕਹਿ ਰਹੇ ਹੋ ਥੋੜਾ ਬਹੁਤ ਵਕਤ ਕਿਸੇ ਨੇ ਕਿਵੇਂ ਗੁਜ਼ਾਰਿਆ, ਕਿਸੇ ਨੇ ਬੈਰਾਤ ਵਿੱਚ ਗੁਜ਼ਾਰਿਆ, ਕਿਸੇ ਨੇ ਵਿਚਾਰਾਂ ਕਰਦੀਆਂ ਗੁਜ਼ਾਰਿਆ, ਕਿਸੇ ਨੇ ਕਿਵੇਂ ਗੁਜ਼ਾਰਿਆ। ਗੁਰੂ ਜੀ ਨੇ ਬੜਾ ਪਿਆਰ ਕੀਤਾ ਆਪਣੇ ਸਿੱਖਾਂ। ਆਖਰ ਸਮਾਂ ਗਿਆ, ਸਤਿਗੁਰੂ ਜੀ ਕਹਿਣ ਦੇ ਵੀ ਠੀਕ ਹੈ ਸਿੰਘੋ, ਮੈਂ ਹੁਣ ਤੁਹਾਡਾ ਹੁਕਮ ਬਜਾ ਕੇ ਚੱਲਾਂ। ਕਹਿਣ ਲੱਗੇ ਨਹੀਂ, ਪਾਤਸ਼ਾਹ ਸਿੰਘਾਂ ਨੇ ਵਿਚਾਰ ਬਣਾਈ ਹੈ ਤੁਹਾਡੇ ਨਾਲ ਤਿੰਨ ਸਿੰਘ ਜਾਣਗੇ ਹੋਰ, ਭਾਈ ਜੈ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ। ਇਹ ਭਾਈ ਮਨੀ ਸਿੰਘ ਦਾ ਭਰਾ ਹੈ, ਇਹ ਤੁਹਾਡੇ ਨਾਲ ਜਾਣਗੇ। ਸਤਿਵਚਨ ਜਦੋਂ ਸਾਰਿਆਂ ਨੂੰ ਗਲਬੱਕੜੀਆਂ ਪਾ ਕੇ ਤੁਰਨ ਲੱਗੇ ਨੇ, ਤੇ ਇਹ ਵੀ ਗੱਲ ਚੇਤੇ ਰੱਖਣੀ ਹੈ ਵੀ ਪਿੱਛੇ ਕਿਤੇ ਪਿੱਛਾ ਨਾ ਕਰਨ ਫੌਜ ਦਾ, ਫੌਜ ਪਿੱਛਾ ਨਾ ਕਰੇ ਗੁਰੂ ਗੋਬਿੰਦ ਸਿੰਘ ਜੀ ਦਾ। ਇੱਕ ਵਿਚਾਰ ਬਣਾਈ ਵੀ ਇਹਨਾਂ ਨੂੰ ਭੁਲੇਖਾ ਬਣਿਆ ਰਹੇ। ਸਤਿਗੁਰੂ ਜੀ ਨੇ ਅੱਜ ਆਪਣੀ ਕਲਗੀ ਉਤਾਰੀ ਤੇ ਭਾਈ ਸੰਗਤ ਸਿੰਘ ਨੂੰ ਬਖਸ਼ਿਸ਼ ਕੀਤੀ। ਉਹਨਾਂ ਦਾ ਉਮਰ ਵੀ ਤੇ ਉਹਨਾਂ ਦਾ ਚਿਹਰਾ ਮੋਹਰ ਵੀ ਕਾਫੀ ਗੁਰੂ ਜੀ ਦੇ ਨਾਲ ਰਲਦਾ ਸੀ, ਤੇ ਆਪਣਾ ਚੋਲਾ ਉਤਾਰਿਆ, ਭਾਈ ਸੰਗਤ ਸਿੰਘ ਨੂੰ ਬਖਸ਼ਿਸ਼ ਕੀਤਾ। ਜਦੋਂ ਸੰਗਤ ਸਿੰਘ ਨੇ ਚੋਲਾ ਉਤਾਰਿਆ ਤੇ ਗੁਰੂ ਗੋਬਿੰਦ ਸਿੰਘ ਜੀ ਪਕੜ ਕੇ ਚੋਲਾ ਪਾਉਣ ਲੱਗੇ, ਸੰਗਤ ਸਿੰਘ ਨੇ ਘੁੱਟ ਕੇ ਪਕੜ ਲਿਆ, ਧਾਹਾਂ ਮਾਰ ਕੇ ਉੱਠਿਆ ਪਾਤਸ਼ਾਹ। ਅੱਜ ਤੱਕ ਕਿਸੇ ਪਾਤਸ਼ਾਹ ਦਾ, ਕਿਸੇ ਬਾਦਸ਼ਾਹ ਦਾ, ਕਿਸੇ ਗੁਰੂ ਦਾ ਉਤਾਰਿਆ ਪਿਆ ਚੋਲਾ ਉਹਦੇ ਸੇਵਕ ਦਾ ਪਹਿਨਦੇ ਰਹੇ ਨੇ, ਇਹਨਾਂ ਜਗਤਦਾਰ ਹੈ, ਇਹ ਚੰਗਾ ਵੀ ਲੱਗਦਾ। ਪਰ ਕਿਸੇ ਸਿੱਖ ਦਾ ਉਤਾਰਿਆ ਹੋਇਆ ਚੋਲਾ ਗੁਰੂ ਪਾਵੇ, ਸਿਰਫ ਨੇ ਘੁੱਟ ਕੇ ਗਲਵੱਕੜੀ ਚ ਲੈ ਲਿਆ। ਕਹਿਣ ਲੱਗੇ ਭਲਿਆ, ਤੂੰ ਮੈਨੂੰ ਵੱਖਰਾ ਕਿਉਂ ਕਰਨਾ, ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੈਂ ਹਾਂ ਕਰਨ ਬਸ, ਕੋਈ ਫਰਕ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਸੰਗਤ ਸਿੰਘ ਵਾਲਾ ਚੋਲਾ ਪਾ ਲਿਆ, ਸੰਗਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਵਾਲਾ ਚੋਲਾ ਪਾ ਲਿਆ, ਤੇ ਕਲਗੀ ਨਾ ਨਹੀਂ। ਮੈਂ ਇੱਕ ਵਾਰੀ ਫਿਰ ਬੇਨਤੀ ਕਰਨਾ, ਧਰਮ ਦੀ ਦੁਨੀਆਂ ਵਿੱਚ ਬੜੇ ਲੋਕ ਨੇ ਐਸੇ ਜਿਹੜੇ ਲਾਲਚ ਦਿੰਦੇ ਨੇ ਵੀ ਤੁਸੀਂ ਸਾਡੇ ਵਾਲੇ ਪਾਸੇ ਲੈ। ਇਹ ਲਾਲਚ ਭਾਵੇਂ ਮਾਇਆ ਦਾ ਹੋਵੇ, ਭਾਵੇਂ ਧਨ ਪਦਾਰਥਾਂ ਦਾ ਹੋਵੇ, ਭਾਵੇਂ ਸੁੱਖ ਆਰਾਮ ਦਾ ਹੋਵੇ, ਭਾਵੇਂ ਸਵਰਗਾਂ ਦਾ ਵੀ ਕਿਉਂ ਨਾ ਹੋਵੇ, ਹਰੇਕ ਧਰਮ ਲਾਲਚ ਦਿੰਦਾ। ਲੇਕਿਨ ਯਾਦ ਰੱਖਿਓ, ਗੁਰਮਤ ਨਹੀਂ ਇਹ ਲਾਲਚ ਦਿੰਦੀ। ਗੁਰਮਤ ਤਾਂ ਦੋ ਗੱਲਾਂ ਪਹਿਲਾਂ ਕਹਿੰਦੀ ਹੈ, ਪਹਿਲਾਂ ਕਹਿੰਦੀ ਹੈ ਕਿਹੜੀ ਗੱਲ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰਣਕਾ, ਤੋ ਆਉ
ਕਿ ਕੋਈ ਲਾਲਚ ਨਹੀਂ ਦਿੱਤਾ ਸਿੱਖ ਕਰ। ਦੂਜੀ ਗੱਲ, ਸਿੱਖ ਧਰਮ ਇਹ ਪ੍ਰਗਟ ਕਰਦੇ ਵੀ ਜੇ ਪ੍ਰੀਤਾਂ ਦੇ ਬਣਜਾਰੇ ਬਣਨਾ ਤਾਂ ਸਵਾਰਥ ਵਿੱਚ ਬਿਲਕੁਲ ਨਾ ਰੱਖੇ, ਕਿਉਂਕਿ ਸਵਾਰਥ ਕਦੇ ਪ੍ਰੀਤ ਨਹੀਂ ਨਿਬੜ ਦਿੰਦਾ। ਸਵਾਰਥ ਪੂਰਾ ਹੋ ਗਿਆ ਤੇ ਕਰਮ ਖਤਮ ਹੋ ਜਾਏਗਾ। ਫਰੀਦਾ ਜਾਨ ਲੱਭ ਤਾਂ ਨਿਹੋ ਕਿਹਾ, ਫਰੀਦਾ ਜਾਨ ਲੱਭ ਤਾਂ ਨਿਹੋ ਕਿਹਾ, ਲੱਭ ਤਾਂ ਕੂੜਾ ਨੇ, ਕਿੱਚੜ ਝੱਟ ਲੰਘਾਈ ਹੈ, ਛੱਪੜ ਟੁੱਟੇ ਨੇ, ਟੁੱਟੇ ਕੋਈ ਛੱਪੜ ਥੱਲੇ ਜਿਵੇਂ ਕੋਈ ਬੰਦਾ ਖਲੋ ਕੇ ਮੀਂਹ ਤੋਂ ਬਚਣਾ ਚਾਹੇ, ਇਵੇਂ ਹੀ ਉਸ ਮਨੁੱਖ ਦੀ ਪ੍ਰੀਤੀ ਹੁੰਦੀ ਹੈ ਜਿਹੜਾ ਮਨੁੱਖ ਚਾਹੁੰਦਾ ਵੀ ਮੈਂ ਆਪਣੇ ਜੀਵਨ ਦੇ ਅੰਦਰ ਲੱਭ ਲੋਭ ਰੱਖ ਕੇ ਸਵਾਰਥੀ ਪੱਖ ਰੱਖ ਕੇ ਪ੍ਰੀਤ ਨਿਭਾ ਦਿਆਂ। ਨਹੀਂ ਹੋ ਸਕਦਾ। ਗੁਰੂ ਸਾਹਿਬ ਇਹੋ ਜਿਹਾ ਗੁਰੂ ਕੌਣ ਹੋ ਸਕਦਾ ਪਿਆਰ ਵਾਲੇ, ਜਿਹੜਾ ਇੰਨਾ ਪਿਆਰ ਕਰੇ ਆਪਣੇ ਸਿੱਖਾਂ ਨੂੰ, ਇੰਨੀ ਪ੍ਰੀਤ ਕਰੇ ਆਪਣੇ ਸਿੱਖਾਂ ਨੂੰ। ਆਖਰ ਰਾਤ ਨੂੰ ਤੁਰ ਚੱਲੇ ਨੇ ਤੇਰੇ ਸਿੰਘ ਨਾਲ ਨੇ, ਭਾਈ ਵੀਰ ਸਿੰਘ ਨੇ ਲਿਆ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜੋੜਾ ਰੱਖਿਆ। ਸਤਿਗੁਰੂ ਘੋੜੇ ਦਾ ਪ੍ਰਬੰਧ ਤੇ ਨਹੀਂ ਹੈ ਪਰ ਜੋੜਾ ਪਹਿਨ ਲਓ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵੇਲੇ ਜੋੜਾ ਪਾਸੇ ਕਰ ਦਿੱਤਾ। ਕਹਿਣ ਕਿਨਾ ਦਿਆ ਸਿੰਘਾਂ, ਮੈਂ ਜੋੜਾ ਨਹੀਂ ਪਹਿਣਾ। ਕਹਿ ਰਹੀ ਬਾਦਸ਼ਾਹ ਬਾਹਰ ਕੀ ਤੁਹਾਨੂੰ ਦੱਸਣਾ, ਕਿੰਨੀ ਕੁ ਕਹਿਰਾਂ ਦੀ ਠੰਡ ਹੈ ਤੇ ਪਤਾ ਨਹੀਂ ਕਿਹੜੇ ਕਿਹੜੇ ਰਸਤੇ ਨੂੰ ਆਪਾਂ ਨੇ ਜਾਣਾ ਹੈ। ਟਾਢਾ ਮੀਂਹ ਰਸਤਾ ਹੋਵੇਗਾ, ਕਈ ਝਾੜੀਆਂ, ਕਈ ਇੱਟਾਂ ਵੱਟੇ ਕੰਡੇ ਰਾਹ ਦੇ, ਕਈ ਕੁਛ ਅਜਿਹਾ ਹੋਵੇਗਾ ਜਿਹਦਾ ਦੁੱਖ ਦਰਦ ਸਹਾਰਿਆ ਨਹੀਂ ਜਾਣਾ, ਔਖਾ ਲੱਗਦਾ। ਹੋਰ ਤੇ ਕੁਝ ਨਹੀਂ ਕਰ ਸਕਦੇ, ਕਮ ਸੇ ਕਮ ਇੰਨਾ ਤੇ ਕਰ ਲਓ ਪਾਤਸ਼ਾਹ। ਹਜ਼ੂਰ ਬੜੇ ਪਿਆਰ ਨਾਲ ਕਹਿਣ ਲੱਗੇ, ਲਿਆ ਸਿੰਘਾ, ਮੈਂ ਜੋੜੇ ਤੋਂ ਬਿਨਾਂ ਰਾਹ ਦੀਆਂ ਇੱਟਾਂ ਵੱਟਾਂ ਦੇ ਠੁੱਕਰਾਂ ਦਾ ਦੁੱਖ ਸਾਰ ਲਾਂਗਾ, ਮੈਂ ਕੰਡਿਆਂ ਦਾ ਦੁੱਖ ਸਾਰ ਲਾਂਗਾ, ਝਾੜੀਆਂ ਮੇਰੇ ਪੈਰ ਪਾੜ ਕੇ ਮੈਂ ਉਹ ਦੁੱਖ ਸਾਰ ਲਾਂਗਾ। ਪਰ ਜਿਹੜਾ ਜੋੜਾ ਪਾ ਕੇ ਦੁੱਖ ਲੱਗਣਾ ਮੇਰੇ ਕੋਲੋਂ ਨਹੀਂ ਸਾਰਿਆ ਜਾਣਾ। ਸਤਿਗੁਰੂ ਜੋੜਾ ਪਾ ਕੇ ਕਿਹੜਾ ਦੁੱਖ ਲੱਗਣਾ। ਸ਼ਾਇਦ ਕਹਿਣ ਲੱਗੇ, ਜਦੋਂ ਮੈਂ ਬਾਹਰ ਜਾਵਾਂਗਾ ਇੱਥੇ ਕਿੱਡੀ ਦੂਰ ਤੱਕ ਮੇਰੇ ਸਿੱਖ ਜਿਹੜੇ ਨੇ ਉਹ ਜੂਝਦੇ ਹੋਇਆ ਸ਼ਹੀਦ ਹੋਏ ਹੋਣਗੇ, ਕੋਈ ਕਿਤੇ ਡਿੱਗਿਆ ਪਿਆ ਹੋਵੇਗਾ, ਕੋਈ ਕਿਤੇ ਡਿੱਗਿਆ ਪਿਆ ਹੋਵੇਗਾ, ਕਿਸੇ ਦਾ ਦਰਵਾਜ਼ਾ ਖੁੱਲ ਗਿਆ ਹੋਏਗਾ, ਕਿਸੇ ਦਾ ਦੂਰ ਤੱਕ ਦਸਤਾਰ ਖਿਲਰੀ ਹੋ ਸਕਦੀ ਹੈ, ਕਿਸੇ ਦਾ ਦਾਰਾ ਦਮਾ ਹੋਵੇਗਾ ਦੂਰ ਤੱਕ ਖਿਲਰੀਆ ਹੋ ਸਕਦਾ ਹੈ, ਕਿਸੇ ਦੇ ਕੇਸ ਖੁੱਲਦੇ ਹੋਣਗੇ। ਜੇ ਮੈਂ ਜੋੜਾ ਪਾਇਆ ਤੇ ਮੇਰੇ ਕੋਲੋਂ ਪਤਾ ਨਾ ਲੱਗਿਆ ਫਿਰ ਮੇਰੇ ਕੋਲ ਦੁੱਖ ਸਾਰ ਨਹੀਂ ਹੋਣਾ। ਜੇ ਮੈਂ ਜੋੜਾ ਨਾ ਪਾਇਆ ਜਦੋਂ ਮੇਰਾ ਪੈਰ ਕਿਸੇ ਦੇ ਕੇਸਾਂ ਤੇ ਆਵੇਗਾ ਮੈਨੂੰ ਸ਼ੋਅ ਲੱਗੇਗੀ ਉਹਦੇ ਕੇਸਾਂ ਦੀ, ਦੇ ਅਸੀਂ ਮੈਂ ਪੈਰ ਚੁੱਕ ਕੇ ਅੱਗੇ ਪਿੱਛੇ ਰੱਖ ਲੈਂਦਾ ਹੋਇਆ ਮੇਰੇ ਕੋਲੋਂ ਪਿੱਛੇ ਦੇ ਪੈਰ ਕੇਸਾਂ ਤੇ ਪੈਰ ਆ ਜਾਏ, ਮੇਰੇ ਕੋਲ ਕਿਸੇ ਦੇ ਦਮਾਦੇ ਤੇ ਪੈਰ ਆ ਜਾਏ, ਇਹ ਦੁੱਖ ਨਹੀਂ ਬਰਦਾਸ਼ਤ ਹੋਣਾ। ਮੇਰੇ ਕੋਲ ਇੱਟਾਂ ਮੱਤਿਆਂ ਦੇ ਦੁੱਖ ਤਾਂ ਬਰਦਾਸ਼ਤ ਹੋ ਜਾਣਗੇ, ਤਾਂ ਬਹੁਤ ਛੋਟੀ ਜੀ ਗੱਲ ਹੈ। ਜੋੜਾ ਰੱਖ ਦਿੱਤਾ ਨੰਗੇ ਪੈਰੀ ਮੇਰੇ ਪਾਤਸ਼ਾਹ ਚਮਕੌਰ ਦੀ ਕੜੀ ਚ ਨਿਕਲੇ। ਸ਼੍ਰੋਮਣੀ ਕਮੇਟੀ ਦੀ ਛਪੀ ਹੋਈ ਕਿਤਾਬ ਹੈ ਚਮਕੌਰ ਸਿੰਘ, ਛੋਟੀ ਜੀ ਹੈ। ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਵੀ ਅਸਲ ਵਿੱਚ ਜਿਹੜੀਆਂ ਪਿੰਡਾਂ ਦੀਆਂ ਕਿਵੇਂ ਦੀਆਂ ਹਵੇਲੀਆਂ ਜਾਂ ਗੜੀਆਂ ਕਿੰਨੀਆਂ ਪ੍ਰਸਿੱਧ ਕਾਰਨ, ਅਤੇ ਉਹਨਾਂ 'ਚ ਇੱਕ ਅੱਧਾ ਰਸਤਾ ਐਸਾ ਵੀ ਹੁੰਦਾ ਸੀ ਜਿਹੜਾ ਮੇਨ ਦਰਵਾਜ਼ੇ ਦੀ ਬਜਾਏ ਇੱਕ ਚੋਰੀ ਹੁੰਦਾ ਸੀ, ਉਹ ਪ੍ਰਤੱਖ ਨਹੀਂ ਸੀ ਹੁੰਦਾ। ਇਹ ਗੱਲ ਭਾਈ ਵੀਰ ਸਿੰਘ ਨੇ ਵੀ ਕਲਕੀਤਾ ਚੌਂਕਾਰ ਵਿੱਚ ਕੀਤੀ ਹੈ। ਹੁਣ ਅਜੋਕੇ ਸਮੇਂ ਦੇ ਵਿੱਚ ਸਾਡਾ ਬਹੁਤ ਵਿਰਸਾ ਜਿਹੜਾ ਉਹ ਤਬਾਹ ਹੋ ਗਿਆ, ਕਾਰ ਸੇਵਾ ਵਾਲਿਆਂ ਦੀ ਭੇਟਾ ਚੜ੍ਹ ਗਿਆ। ਇਹ ਬੜੀ ਸੋਚੀ ਸਮਝੀ ਸਕੀਮ ਸੀ ਉਹਨਾਂ ਦੀ, ਅਤੇ ਹੁਣ ਉਹ ਨਹੀਂ ਸਾਡੇ ਕੋਲ, ਅਤੇ ਮੈਂ ਇਸ ਕੰਮ ਨੂੰ ਦਾਅਵੇ ਨਾਲ ਵੀ ਨਹੀਂ ਕਹਿ ਸਕਦਾ ਕਿਉਂਕਿ ਹੁਣ ਹੈ ਨਹੀਂ ਦੇਖਣ ਬਸ। ਮੈਂ ਆਪਣੀ ਗੱਲ ਵੱਲ ਚੱਲਾਂ ਜਿਹੜੀ ਬੇਨਤੀ ਕਰਨ ਲੱਗਾ ਸਾਂ। ਚਾਰੇ ਹੀ ਦਿਸ਼ਾਵਾਂ ਦੇ ਵਿੱਚ ਇੱਕ ਪਲ ਵੱਡਾ ਹੋਰ ਲੈ ਲਵਾਂ ਤਾਂ ਕਿ ਗੱਲ ਸਪਸ਼ਟ ਹੋ ਜਾਵੇ ਵੀ ਇੱਧਰ ਪਾਸੇ ਨੂੰ ਕਿਉਂ ਚੱਲੇ। ਚਾਰ ਦਿਸ਼ਾਵਾਂ ਦੀਆਂ ਭਲੀ ਭਾਂਤ ਜਾਣਦੀ,
ਜਿਹੜੀ ਉਸ ਵੇਲੇ ਚਮਕੌਰ ਸਾਹਿਬ ਦੇ ਹਾਲਾਤ ਨੇ, ਤੁਸੀਂ ਅੱਜ ਵੀ ਜਾਓਗੇ ਇਹ ਤਾਂ ਹੁਣ ਵੀ ਤੁਹਾਨੂੰ ਪਤਾ ਲੱਗ ਜਾਏਗਾ, ਪਿਛਲੇ ਪਾਸੇ ਜਿੱਥੋਂ ਆਏ ਨੇ ਉੱਧਰ ਆਨੰਦਪੁਰ ਸਾਹਿਬ ਹੈ, ਤੇ ਜਿਹੜਾ ਸੱਜਾ ਪਾਸਾ ਹੈ ਉਧਰਲੇ ਪਾਸੇ ਸਤਲੁਜ ਦਰਿਆ ਹੈ। ਅੱਗੇ ਜਾ ਕੇ ਗੱਲ ਸਪਸ਼ਟ ਹੋ ਗਈ। ਜਿਹੜਾ ਖੱਬਾ ਪਾਸਾ ਹੈ ਉਧਰਲੇ ਪਾਸੇ ਸਰਹੱਦ ਹੈ। ਸਰਹੱਦ ਦੀ ਫੌਜ ਤਾਂ ਵਜ਼ੀਰ ਖਾਂ ਦੀ ਵੈਸੀ ਹਰ ਲੜਾ ਜਿੱਤ ਰਹੀ। ਇੱਕ ਪਾਸੇ ਸਰਹੱਦ ਹੈ, ਇੱਕ ਪਾਸੇ ਸਤਲੁਜ ਦਰਿਆ, ਉਹਨੂੰ ਪਾਰ ਕਰਨ ਦਾ ਸਿਸਟਮ ਨਹੀਂ, ਉੱਥੇ ਕੋਈ ਸਾਧਨ ਨਹੀਂ, ਤੇ ਪਿਛਲੇ ਪਾਸੇ ਆਨੰਦਪੁਰ ਸਾਹਿਬ ਹੈ, ਉੱਥੋਂ ਦੀਆਂ ਵੀ ਫੌਜਾਂ ਨੇ, ਤੇ ਹੁਣ ਇੱਕੋ ਇੱਕ ਸਾਧਨ ਹੈ ਸਾਹਮਣੇ ਵਾਲੇ ਪਾਸੇ ਬਾਰਵੇ ਵਾਲੇ ਪਾਸੇ ਨੂੰ ਜਾਣਾ, ਹੋਰ ਕੋਈ ਰਸਤਾ ਹੀ ਨਹੀਂ ਸੀ। ਤੇ ਗੁਰੂ ਕਰਮੀ ਕਰ ਪਾਤਸ਼ਾਹ ਨੇ ਸਿੰਘਾਂ ਨੂੰ ਦੱਸਿਆ ਵੀ ਆਪਾਂ ਇੱਕ ਤਾਰੇ ਦੀ ਸਿਰ ਜਾਣਾ। ਉਸ ਵੇਲੇ ਕੰਪਾਸ ਅਜਮਨ ਉੱਤੇ ਨਹੀਂ ਸੀ ਹੁੰਦੇ, ਜਾਂ ਇਨਵਰਟਰ ਸਿਸਟਮ ਨਹੀਂ ਸੀ ਹੁੰਦਾ, ਉਦੋਂ ਤਾਂ ਇੱਕ ਤਾਰੇ ਦੀ ਸਿਰ ਨੂੰ ਸਿੱਧਾ ਰੱਖ ਕੇ ਤੁਰੀ ਜਾਣਾ, ਜਿਵੇਂ ਤਾਰੇ ਤੋਂ ਖੱਬੇ ਹੋਵਾਂਗਾ ਇਹਦਾ ਮਤਲਬ ਮੈਂ ਰਾਹ ਤੋਂ ਭਟਕ ਗਿਆ, ਜਿਵੇਂ ਸੱਜੀ ਹੋਵਾਂਗਾ ਤਾਂ ਰਾਹ ਤੋਂ ਭਟਕ ਗਿਆ, ਮੈਂ ਤਾਰੇ ਨੂੰ ਸਿੱਧਾ ਰੱਖ ਕੇ ਤੁਰਨਾ। ਜਿੱਥੇ ਜਾ ਕੇ ਦਿਨ ਚੜ ਗਿਆ ਸਾਰਿਆਂ ਨੇ ਮੈਂ ਤੁਰਨਾ, ਜਿੱਥੇ ਜਾ ਕੇ ਦਿਨ ਚੜ ਗਿਆ ਅਸੀਂ ਉਹਦੇ ਨੇੜੇ ਚੜੇ ਕਿਧਰੇ ਹੋਵਾਂਗੇ, ਤੇ ਉਦੋਂ ਮਿਲ ਪੈਂਦੀ ਸੀ ਮੈਨੂੰ। ਉਦੋਂ ਤਾਰਿਆਂ ਨੂੰ ਦੇਖ ਕੇ ਲੋਕ ਸਫ਼ਰ ਕਰਿਆ ਕਰਦੇ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਬੈਠਣ ਆਖਿਆ ਵੀ ਤੁਸੀਂ ਤਾਰਿਆਂ ਦੀ ਸਿਰ ਜਾਣਾ ਹੈ, ਤੇ ਜਿੱਥੇ ਦਿਨ ਚੜੇਗਾ ਫਿਰ ਉੱਥੇ ਮਿਲ ਜਾਂਗੇ। ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਚਰਚ ਪਹੁੰਚਿਆ ਤੇ ਨਾਲ ਤਿੰਨ ਸਿੰਘ, ਭਾਈ ਜੈ ਸਿੰਘ ਜੀ, ਭਾਈ ਤਰਨ ਸਿੰਘ ਜੀ, ਭਾਈ ਮਾਨ ਸਿੰਘ ਜੀ, ਇਹ ਵੱਖੋ ਵੱਖਰੀਆਂ ਚਾਰ ਹੀ ਦਿਸ਼ਾਵਾਂ ਨੂੰ ਇੱਕੋ ਵਾਰੀ ਤਾਲੀ ਮਾਰ ਕੇ ਇਹ ਗੱਲ ਕਹਿੰਦੀਆਂ, ਪੀਰੇ ਹਿੰਦ ਮੇਹਰ ਵੱਧ, ਪੀਰੇ ਹਿੰਦ ਮੇਹਰ ਵੱਧ। ਗੁਰਦੁਆਰਾ ਸਾਹਿਬ ਬਣਿਆ ਕਹਿੰਦਾ ਤਾਲੀ ਸਾਹਿਬ, ਉੱਚੀ ਸਾਰੀ ਤਾਲੀ ਮਾਰ ਕੇ ਜੈਕਾਰੇ ਛੱਡ ਕੇ ਗੁਰੂ ਜੀ ਦੱਸ ਕੇ ਗਏ ਜੀ ਮੈਂ ਚੱਲਿਆ, ਜੇ ਕਿਸੇ ਕੋਲ ਤਾਕਤ ਹੈ ਤਾਂ ਰੋਕ ਲਓ। ਜਿਹੜੀ ਫੌਜ ਉਹਨਾਂ ਦੀ ਹੁੰਦੀ ਸੀ ਉਹ ਨਸ਼ੇ ਖਾ ਕੇ ਸ਼ਰਾਬਾਂ ਪੀ ਕੇ ਬਹੁਤੀ ਵਾਰੀ ਸੁੱਟੀ ਹੁੰਦੀ ਸੀ, ਰਾਤ ਨੂੰ ਥੋੜ੍ਹੀ ਜਿਹੀ ਜਾਗਦੀ ਹੁੰਦੀ ਸੀ। ਜਦੋਂ ਉਹਨਾਂ ਨੇ ਆਵਾਜ਼ ਸੁਣੀ ਵੀ ਗੁਰੂ ਜੀ ਚੱਲੇ ਨੇ, ਕਿਸੇ ਨੇ ਸੱਜੇ ਬੰਨੇ ਤੋਂ ਸੁਣੀ, ਕਿਸੇ ਨੇ ਖੱਬੇ ਬੰਨੇ ਤੋਂ ਸੁਣੀ, ਤੇ ਕੋਈ ਪਿੱਛੋਂ ਆਵਾਜ਼ ਸੁਣਦਾ, ਉਹ ਚਾਰੇ ਪਾਸਿਆਂ ਤੋਂ ਆਪਸ ਵਿੱਚ ਹੀ ਇੱਕ ਦੂਜੇ ਨਾਲ ਗੱਲ ਮਰੇ, ਤੇ ਜਦੋਂ ਆਖਿਰਕਾਰ ਉਹ ਵਿੱਚੋਂ ਨਿਕਲ ਗਏ, ਤੇ ਜਦੋਂ ਉਹਨਾਂ ਨੇ ਸਭ ਨੇ ਲੋਹ ਵਿੱਚ ਦੇਖਿਆ ਤੇ ਭਾਈ ਸੰਗਤ ਸਿੰਘ ਜੀ ਬੈਠੇ, ਉਹ ਕਹਿਣ ਲੱਗੇ ਵੀ ਕਮਲੇ ਤੁਸੀਂ ਇੰਨੇ ਡਰ ਗਏ ਹੋ, ਹਾਕਮ ਉਹਨਾਂ ਨੂੰ ਡਰ ਤਾਂ ਪਾਉਣ ਲੱਗੇ ਵੀ ਤੁਸੀਂ ਇੰਨੇ ਡਰ ਗਏ ਹੋ ਗੁਰੂ ਤੋਂ, ਤੁਹਾਨੂੰ ਵੈਸੀ ਹੀ ਆਵਾਜ਼ਾਂ ਆਉਣ ਲੱਗ ਪਈਆਂ ਨੇ, ਤੁਹਾਡੇ ਮਨ ਵਿੱਚ ਇੱਕ ਡਰ ਬੈਠ ਗਿਆ, ਤੁਹਾਡੇ ਮਨਾਂ ਵਿੱਚ ਇੱਕ ਭਰਮ ਬੈਠ ਗਿਆ, ਤੁਸੀਂ ਵੈਸੇ ਹੀ ਇਸ ਤਰ੍ਹਾਂ ਕਰ ਰਹੇ ਹੋ, ਅਸਲ ਵਿੱਚ ਗੁਰੂ ਜੀ ਨਹੀਂ, ਤਾਂ ਗੁਰੂ ਜੀ ਤਾਂ ਸਾਹਮਣੇ ਬੈਠੇ ਨੇ, ਸਵੇਰੇ ਫਿਰ ਗੱਲ ਹੋਏਗੀ, ਨਹੀਂ ਤਾਂ ਉਹਨਾਂ ਨੇ ਗੁਰੂ ਦਾ ਪਿੱਛਾ ਕਰਨਾ ਸੀ। ਆ ਇਹ ਬਹੁਤ ਗਹਿਰੀ ਰਣਨੀਤੀ ਸੀ ਗੁਰੂ ਜੀ ਦੀ। ਤੋ ਗੁਰਦੇਵ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਥੋੜ੍ਹੀ ਜਿਹੀ ਤਾਕਤ ਦਾ ਬਣਾ ਲਓ ਤਾਂ ਬਹੁਤ ਚੰਗਾ ਹੋਏਗਾ। ਇੱਕ ਵਾਰੀ ਪਿਆਰ ਨਾਲ ਆਪਕੋ ਸਤਨਾਮ ਬੇਨਤੀ ਕਰ ਰਿਹਾ ਸਾਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਮੈਨੂੰ ਵਕਤ ਮਿਲਿਆ ਤੁਹਾਨੂੰ ਪਤਾ ਨਹੀਂ ਮਿਲਿਆ ਹੋ ਜਾਂ ਨਹੀਂ, ਮੈਨੂੰ ਰੋਜ਼ ਹੀ ਵਕਤ ਮਿਲਦਾ ਰਿਹਾ। ਇਹਨਾਂ ਦਿਨਾਂ ਚੰਡੀਗੜ੍ਹ ਹੋਣਾ ਤਾਂ ਜਿੱਥੇ ਕਿ ਜੇ ਜੋੜਾ ਖਾਨਾ ਬਣਿਆ ਨਾ ਚੋੜਾ ਉੱਥੇ ਨਹੀਂ ਲਾਉਣਾ, ਕਿੰਨੇ ਚਿਰ ਮਗਰੋਂ ਬਾਅਦ ਖਿਆਲ ਹੈ, ਜੋੜਾ ਦੀਵਾਨ ਦੇ ਕੋਲ ਜਾ ਕੇ ਲਾਉਣਾ ਤਾਂ ਕਿ ਮੈਨੂੰ ਨੰਗੇ ਪੈਰ ਘੱਟ ਤੁਰਨਾ ਪਵੇ। ਤੁਸੀਂ ਦੇਖੋ ਦੀਵਾਨ ਲੱਗਦਾ ਕਿ ਕਿੱਡੀ ਕੁ ਦੂਰ ਜੋੜਾ ਖਾਨਾ ਹੁੰਦਾ ਹੋਵੇਗਾ, ਆਖਿਰਕਾਰ ਅੱਧਾ ਕਿਲੋਮੀਟਰ ਤੋਂ ਹੋਣਾ ਨਹੀਂ, ਚੱਲ ਕਦਮਾਂ 'ਤੇ ਹੁੰਦਾ, ਫਿਰ ਵੀ ਇੰਡੀਆ 'ਚ ਜੀ ਨਹੀਂ ਸੀ ਕਰਦਾ। ਗਰਮ ਜਰਾਬਾਂ ਪਾਈਆਂ, ਜੋੜਾ ਪਾਇਆ, ਉਹਨੂੰ ਲਾਹ ਕੇ ਉਹ ਜਿਹੜੇ ਚਾਰ ਕੁ ਕਦਮ ਵੀ ਪੁੱਟਣੇ ਹੁੰਦੇ ਸੀ ਨੱਚਣਾ ਨਿਕਲਦੀ ਸੀ। ਪਿਆਰਿਓ, ਇੱਕ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਹੱਥ ਜੋੜ ਕੇ, ਇਹਨਾਂ ਦਿਨਾਂ 'ਚ ਹੀ ਅਹਿਸਾਸ ਜ਼ਰੂਰ ਕਰਿਓ ਆਪਣੇ ਜੀਵਨ, ਜ਼ਰੂਰ ਅਹਿਸਾਸ ਕਰਿਓ
ਮਨ ਅੱਜ ਤੂੰ ਇੱਡੇ ਵਧੀਆ ਘਰ 'ਚ ਰਹਿਣਾ ਨਾ, ਜਦੋਂ ਕਿਸੇ ਦੇ ਘਰ ਜਾਈਏ ਦਿਖਾਉਂਦੀ ਰਹਿੰਦੀ ਆ ਬੈਡਰੂਮ ਹੈ, ਮਾਸਟਰ ਬੈਡਰੂਮ ਹੈ, ਫਲਾਨਾ ਫਲਾਨਾ। ਅਕਸਰ ਬੀਤ ਹੈ, ਮੈਂ ਸੋਚਣਾ ਮੈਂ ਸਿੱਖਾਂ ਅਹਿਸਾਸ ਕਰ, ਅੱਜ ਇੱਡੇ ਕੀਮਤੀ ਘਰਾਂ 'ਚ ਰਹਿ ਰਹੇ ਹਾਂ ਤਾਂ ਰਹਿ ਰਹੇ ਹਾਂ ਕਿਉਂਕਿ ਗੁਰੂ ਨੇ ਨੰਦ ਦੀ ਪੁਰੀ ਨੂੰ ਛੱਡਿਆ ਸੀ ਤੇਰੇ ਹੱਥ। ਅੱਜ ਤੇਰੇ ਪੈਰਾਂ ਵਿੱਚ ਕੀਮਤੀ ਜੋੜੇ ਤਾਂ ਨੇ ਕਿਉਂਕਿ ਗੁਰੂ ਨੰਗੇ ਪੈਰੀ ਤੁਰਿਆ ਸੀ ਤੇਰੇ ਰੱਖੀ। ਅੱਜ ਤੂੰ ਆਪਣੇ ਬੱਚਿਆਂ ਨੂੰ ਗੋਦ ਵਿੱਚ ਤਾਂ ਲੈ ਕੇ ਬੈਠਾ ਕਿਉਂਕਿ ਗੁਰੂ ਨੇ ਆਪਣੇ ਪੁੱਤ ਵਾਲੇ ਸੀ। ਅੱਜ ਤੂੰ ਰੱਜ ਕੇ ਬਣ ਪਾਉਂਦਾ ਪ੍ਰਸ਼ਾਦਾ ਤਾਂ ਛੱਕ ਰਿਹਾ ਕਿਉਂਕਿ ਗੁਰੂ ਨੇ ਕਦੇ ਭੁੱਖਿਆਂ ਦੇ ਮਹੀਨੇ ਕੱਢੇ ਸੀ। ਅੱਜ ਅਸੀਂ ਤਾਂ ਜੀਵਨ ਦਾ ਸੁੱਖ ਮਾਣ ਰਹੇ ਹਾਂ ਕਿਉਂਕਿ ਗੁਰੂ ਨੇ ਆਪਣੇ ਪਿਆਰਿਆਂ ਦਾ, ਆਪਣੇ ਸਿੱਖਾਂ ਦਾ ਖੂਨ ਡੋਲ ਕੇ ਪਿਆਸੀ ਧਰਤੀ ਦੀ ਪਿਆਸ ਬੁਝਾਈ ਤੇ ਜਾਨ ਮਨ ਉਨ੍ਹਾਂ ਪਾਈ ਸੀ। ਸਾਨੂੰ ਅਹਿਸਾਸ ਹੋਣਾ ਚਾਹੀਦਾ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸਰ, ਉਹਦੇ ਵੱਲ ਫਿਰ ਇੱਕ ਵਾਰੀ ਧਿਆਨ ਲੈ ਕੇ ਜਾਏ। ਨੰਗੇ ਪੈਰੀ ਸਫ਼ਰ ਕਰਦੇ ਹਾਂ ਉਸ ਅਸਥਾਨ ਤੋਂ, ਚਮਕੌਰ ਦੀ ਗੜੀ ਤੋਂ ਗੁਰੂ ਜੀ ਮਾਛੀ ਵਾੜੇ ਦੇ ਜੰਗਲ ਵਿੱਚ ਪਹੁੰਚ ਗਏ। ਉੱਥੇ ਜਾ ਕੇ ਲੰਮੇਰੇ ਸਮੇਂ ਦਾ ਥਕੇਵਾਂ ਸੀ, ਬਹੁਤ ਲੰਮੇ ਸਮੇਂ ਦਾ ਥਕੇਵਾਂ ਸੀ। ਦੂਜੇ ਸਿੰਘਾਂ ਦੀ ਉਡੀਕ ਵੀ ਕਰਨੀ ਸੀ। ਇੱਕ ਪੁਰਾਣਾ ਖੂਹ ਸੀ, ਉਹਦੇ ਤੋਂ ਥੋੜ੍ਹਾ ਜਿਹਾ ਜਲ ਛੱਕਿਆ ਹਜ਼ੂਰ ਨੇ ਅਤੇ ਇੱਕ ਟਿੰਡ ਚੁੱਕੇ। ਟਿੰਡ ਮਤਲਬ ਹੁਣ ਤਾਂ ਬਹੁਤ ਵਿਰਸਾ ਸਾਡਾ ਚਲਾ ਗਿਆ, ਟਿੰਡ ਉਦੋਂ ਮਿੱਟੀ ਦੀ ਹੋਇਆ ਕਰਦੀ ਸੀ, ਉਦੋਂ ਲੋਹੇ ਦੀਆਂ ਟਿੰਡਾਂ ਨਹੀਂ ਸੀ ਹੁੰਦੀਆਂ। ਉਹ ਮਿੱਟੀ ਦਾ ਟੁੱਟਿਆ ਹੋਇਆ ਇੱਕ ਭਾਂਡਾ ਇਹਨੂੰ ਕਹਿ ਅੱਜ ਦੀ ਭਾਸ਼ਾ, ਉਹਨੂੰ ਚੁੱਕਿਆ, ਸਰਾਣੇ ਰੱਖਿਆ। ਹੋਰ ਤਾਂ ਕੁਛ ਵੀ ਨਹੀਂ ਸੀ, ਸਤਿਗੁਰੂ ਕੁਝ ਸਮਝ ਲੈ ਪਏ। ਮੈਂ ਫਿਰ ਰੁਕ ਕੇ ਇੱਕ ਬੇਨਤੀ ਕਰਾਂ। ਸੰਸਾਰ ਦੇ ਆਗਮ ਲੋਕਾਂ ਨੇ, ਵਿਦਵਾਨ ਲੋਕਾਂ ਨੇ ਤਿੰਨ ਚੀਜ਼ਾਂ ਕਹੀਆਂ ਨੇ। ਨੰਬਰ ਇੱਕ, ਵੀ ਜਿਉਣ ਲਈ ਬੰਦੇ ਨੂੰ ਰੋਟੀ, ਕੱਪੜਾ ਅਤੇ ਮਕਾਨ, ਇਹ ਤਿੰਨ ਚੀਜ਼ਾਂ ਜ਼ਰੂਰੀ ਨੇ। ਕੁੱਲੀ ਗੁੱਲੀ ਚੁੱਲੀ, ਇਹ ਤਿੰਨ ਚੀਜ਼ਾਂ ਜ਼ਰੂਰੀ ਨੇ। ਪਰ ਮੈਂ ਬੇਨਤੀ ਕਰਾਂ, ਕਦੇ ਮਾਛੀ ਵਾੜੇ ਦੇ ਜੰਗਲ ਨੂੰ ਪੁੱਛੇ, ਉਹ ਦੱਸੇਗਾ ਵੀ ਨਹੀਂ ਭਲਿਆ, ਇਹ ਤਾਂ ਵਿਦਵਾਨਾਂ ਦੀ ਉਹ ਲਾਈਆਂ ਨੇ। ਜੀਵਨ ਕੁਛ ਹੋਰ ਹੁੰਦਾ। ਜੀਵਨ ਕੀ ਹੁੰਦਾ? ਜੇ ਰੋਟੀ ਕੱਪੜਾ ਅਤੇ ਮਕਾਨ ਹੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ ਤਾਂ ਮੇਰੇ ਕੋਲ ਤਾਂ ਕੁਛ ਵੀ ਨਹੀਂ ਸੀ। ਗੁਰੂ ਕੋਲ ਕਿਹੜਾ ਮਕਾਨ ਸੀ? ਲੋਕ ਕੱਪੜਿਆਂ ਦੀ ਗੱਲ ਕਰਦੇ ਨੇ, ਗੁਰੂ ਕਲਗੀ ਧਰਦੇ ਪਾਇਆ ਹੋਇਆ ਤਨ ਦੇ ਉੱਤੇ ਚੋਲਾ ਭਾਈ ਸੰਗਤ ਸਿੰਘ ਵਾਲਾ, ਉਹ ਵੀ ਲੀਲੋ ਲੀਲ ਹੋਇਆ ਪਿਆ ਝਾੜੀਆਂ 'ਚ ਫਸ ਕੇ। ਗੁਰੂ ਕੋਲ ਮਕਾਨ ਵੀ ਨਹੀਂ ਹੈ, ਗੁਰੂ ਕੋਲ ਕੱਪੜਾ ਵੀ ਨਹੀਂ ਹੈ, ਗੁਰੂ ਨੇ ਪਤਾ ਨਹੀਂ ਕਿੰਨਾ ਕੰਡੋਮਾ ਸਮਾਂ ਹੋ ਗਿਆ ਰੱਜ ਕੇ ਪ੍ਰਸ਼ਾਦਾ ਮਿਲ ਸਕਿਆ ਨਾ। ਅੱਜ ਉਹਦੇ ਕੋਲ ਰੋਟੀ ਹੈ, ਨਾ ਕੱਪੜਾ ਹੈ, ਨਾ ਮਕਾਨ ਹੈ। ਪਰ ਕਦੇ ਮਾਛੀ ਵਾੜੇ ਦੇ ਜੰਗਲ ਨੂੰ ਪੁੱਛ ਕੇ ਦੇਖਿਓ, ਤੇਰੇ ਕੋਲ ਮੇਰੇ ਗੁਰੂ ਆਏ ਸੀ, ਉਹਦੇ ਨਾ ਉਹਦੇ ਕੋਲ ਧੀਆਂ ਪੁੱਤ ਸੀ, ਨਾ ਉਹਦੇ ਕੋਲ ਸਿੱਖ ਸੀ, ਨਾ ਉਹਦੇ ਕੋਲ ਬਿਸਤਰਾ ਸੀ, ਨਾ ਉਹਦੇ ਕੋਲ ਭਾਰੀ ਕੱਪੜਾ ਸੀ, ਉਹਦੇ ਕੋਲ ਕੁਛ ਵੀ ਨਹੀਂ ਸੀ। ਮੈਨੂੰ ਦੱਸ ਸਕਦੇ ਗੁਰੂ ਮੰਗ ਕੇ ਭਰਦਾ ਹੋਏਗਾ ਕੱਲਾ? ਮਾਛੀ ਵਾੜੇ ਦੇ ਜੰਗਲ ਕਹੇਗਾ, ਸਿੱਖ ਤੈਨੂੰ ਕਿਹੜੇ ਗੁਰੂ ਦੀਆਂ ਗੱਲਾਂ ਕਰਨਾ? ਉਹਨੇ ਕਿਤੇ ਵੀ ਠੰਡਾ ਹੌਂਕਾ ਨਹੀਂ ਭਰਿਆ, ਉਹਨੇ ਕਿਤੇ ਵੀ ਉਦਾਸੀ ਨਹੀਂ ਦਿਖਾਈ। ਉਹ ਤਾਂ ਇੱਥੇ ਮੇਰੇ ਕੋਲ ਬੈਠਾ ਵੀ ਆਪਣੇ ਪ੍ਰੀਤਮ ਦੇ ਸੁਰ ਦੇ ਗਾਉਂਦਾ ਸੁਣਿਆ, ਉਹ ਤਾਂ ਮੇਰੇ ਕੋਲ ਬੈਠਾ ਵੀ ਆਪਣੇ ਪਿਆਰੇ ਨੂੰ ਪਿਆਰ ਦੀਆਂ ਗੱਲਾਂ ਕਰਦੀਆਂ ਸੁਣਿਆ। ਉਹਨੇ ਜਵਾਨੋਂ ਲਾਵੇ ਨਹੀਂ ਸੀ ਆਏ, ਉਸ ਗੱਲ ਨੂੰ ਕਦੇ ਅਹਿਸਾਸ ਕਰਕੇ ਦੇਖਿਆ।
ਸਾਡੇ ਕੋਲ ਸਰਦੀ ਦੇ ਦਿਨਾਂ ਚ ਸਿਰਫ ਇੱਕ ਭਾਰੀ ਕੱਪੜਾ ਲੈਣਾ ਹੋਵੇ। ਸਵੇਰੇ ਉਲਾਮਾ ਦਿੰਦੇ ਅੱਜ ਮੈਨੂੰ ਨੀਂਦ ਨਹੀਂ ਆਈ, ਉਹ ਦਾਦਿਆ ਤੇਰੇ ਪਿੱਛੇ ਫੌਜਾਂ ਲੱਗੀਆਂ ਹੋਣ, ਤੇਰੇ ਪੁੱਤਾਂ ਦੀਆਂ ਲਾਸ਼ਾਂ ਪਈਆਂ ਹੋਣ, ਤੇਰੇ ਸਿੱਖਾਂ ਦੀਆਂ ਲਾਸ਼ਾਂ ਪਈਆਂ ਹੋਣ, ਚਮਕੌਰ ਦੀ ਗੜੀ ਵਿੱਚ ਤੇਰੇ ਪਿਆਰਿਆਂ ਦੀਆਂ ਲਾਸ਼ਾਂ ਪਈਆਂ ਹੋਣ, ਤੇਰੇ ਪਰਿਵਾਰ ਦਾ ਪਤਾ ਨਾ ਹੋਵੇ, ਵਿਛੜ ਗਿਆ ਹੋਵੇ, ਤੇਰੀ ਅਗਲੀ ਮੰਜ਼ਿਲ ਦਾ ਕੋਈ ਪਤਾ ਨਾ ਹੋਵੇ, ਫਿਰ ਵੀ ਤੂੰ ਮਾਛੀ ਵਾਲੇ ਚ ਪੈ ਸਕਦੇ। ਪਿਆਰਿਓ, ਇਤਿਹਾਸ ਸੁਣਨ ਦਾ ਅਰਥ ਕੀ ਹੁੰਦਾ? ਮੇਰਾ ਇਹ ਨਹੀਂ ਵੀ ਅਸੀਂ ਸੁਣ ਕੇ ਚਲੇ ਜਾਣਾ, ਇਹਦਾ ਮਤਲਬ ਇਹ ਵੀ ਕੱਲ੍ਹ ਮੇਰੇ 'ਤੇ ਕਦੇ ਮੁਸੀਬਤ ਆਵੇ ਨਾ ਤੇ ਮੈਂ ਮਾਛੀ ਵਾਲੇ ਨੂੰ ਯਾਦ ਕਰਾਂ। ਮੈਂ ਤਾਂ ਨਿੱਕੀ ਜਿਹੀ ਗੱਲ ਤੋਂ ਡੋਲ ਜਾਣਾ, ਚਾਰ ਪੈਸੇ ਦੇ ਉੱਤੇ ਥੱਲੇ ਹੋ ਗਿਆ, ਚੁੱਕੇ ਚੂ ਸਾਹਿਬ ਮਾਂ ਨੇ ਝਿੜਕ ਦਿੱਤਾ, ਸੂ ਸਾਹਿਬ ਪਿਤਾ ਨੇ ਝਿੜਕ ਮਾਰ ਦਿੱਤੀ, ਜ਼ਿੰਦਗੀ ਦੀ ਕਹਾਣੀ ਖਤਮ ਕਰ ਲਈ। ਜੇ ਕਿਤੇ ਮਾਛੀ ਵਾੜੇ ਦਾ ਜੰਗਲ ਤੁਸੀਂ ਪੜ੍ਹਾ ਦਿਓ ਨਾ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ 'ਚ ਬੈਠ ਕੇ ਡਿਸਕਸ ਕਰੋ, ਤੇ ਮੈਨੂੰ ਪੂਰੀ ਆਸ ਹੈ ਸਾਨੂੰ ਉਹ ਐਨਰਜੀ ਮਿਲੇਗੀ ਜਿਹੜੀ ਮੁਸੀਬਤਾਂ ਨਾਲ ਜ਼ਿੰਦਗੀ ਦੇ ਰਾਹ ਤੱਕ ਰਹੇਗੀ। ਉੱਥੇ ਸਤਿਗੁਰ ਜੀ ਕੁਝ ਸਮਾਂ ਲੰਬੇ ਪਏ ਨੇ, ਉਸ ਤੋਂ ਬਾਅਦ ਗੁਰੂ ਜੀ ਦੇ ਬਾਗ, ਉਸ ਬਾਗ ਦੇ ਵਿੱਚ ਇਹ ਬਾਗ ਸੀ ਗੁਲਾਬੇ ਵਸੰਤ ਦਾ, ਉਹ ਪਹਿਲਾਂ ਵਸੰਤ ਸੀ, ਬਾਅਦ ਵਿੱਚ ਗੁਰੂ ਜੀ ਨੇ ਵਸੰਤਾਂ ਨਾਲ ਰਿਸ਼ਤਾ ਤੋੜ ਲਿਆ ਸੀ। ਤੇ ਉਹਨਾਂ ਸਮਿਆਂ ਦੇ ਵਿੱਚ ਉਹ ਗੁਲਾਬਾ ਵਸੰਤ ਆਪਣੇ ਘਰ ਸੀ ਲੈਂਦਾ, ਇਹ ਉਹਦਾ ਬਾਗ ਸੀ। ਤੇ ਗੁਲਾਬੇ ਮਸੰਦ ਦਾ ਨੌਕਰ ਸਵੇਰੇ ਸਵੇਰੇ ਬਾਗ ਦੇ ਵਿੱਚ ਦੇਖ ਰਿਹਾ ਸੀ। ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਇਵੇਂ ਆਰਾਮ ਦੀ ਅਵਸਥਾ ਵਿੱਚ ਦੇਖ ਕੇ ਤੇ ਆਖਰ ਉਹਨਾਂ ਨੂੰ ਜਾ ਕੇ ਭਾਈ ਦਇਆ ਸਿੰਘ ਨੂੰ, ਭਾਈ ਦਇਆ ਸਿੰਘ ਜੀ ਨੂੰ ਜਾ ਕੇ ਕਹਿਣ ਲੱਗੇ ਵੀ ਤੁਹਾਡੇ ਨਾਲ ਦਾ ਇੱਕ ਹੋਰ ਉੱਥੇ ਸੁੱਤਾ ਪਿਆ, ਤੁਹਾਡੇ ਨਾਲ ਦਾ ਇੱਕ ਹੋਰ ਉੱਥੇ ਸੁੱਤਾ ਪਿਆ, ਆਪਣੀ ਸੁਰਤ ਬਿਰਤ ਨੂੰ ਇਕਾਗਰ ਕਰੋ ਉਸ ਮਾਛੀ ਵਾੜੇ ਦੇ ਜੰਗਲ 'ਚ। ਭਾਈ ਦਇਆ ਸਿੰਘ ਨੇ ਸੁਣਿਆ ਤੇ ਉਧਰਲੇ ਪਾਸੇ ਨੂੰ ਚਲਾ ਗਿਆ। ਜਦ ਉਧਰਲੇ ਪਾਸੇ ਨੂੰ ਗਿਆ ਤੇ ਗੁਰਦੇਵ ਦੇ ਦਰਸ਼ਨ ਕੀਤੇ, ਜੀ ਨਹੀਂ ਕਰਿਆ ਮੈਂ ਉਠਾਵਾਂ, ਕੋਲ ਬੈਠ ਗਿਆ। ਇਹਨਾਂ ਤੋਂ ਦਿਨ ਚੜਿਆ ਵੀ ਜੇ ਕੋਈ ਨੇੜੇ ਤੋਂ ਵੇਖੀਏ ਤਾਂ ਸਪਸ਼ਟ ਦਿਸਦਾ ਹੈ, ਪਰ ਦੂਰੋਂ ਵੇਖੀਏ ਤੇ ਨਹੀਂ ਦਿਸਦਾ। ਗੁਰੂ ਜੀ ਦੇ ਕੋਲ ਬੈਠ ਕੇ ਤੇ ਉਹਦੇ ਮਨ 'ਚ ਖਿਆਲ ਆਇਆ ਦਇਆ ਸਿੰਘ ਦੇ ਵੀ ਰਾਤੀ ਜੋੜਾ ਨਹੀਂ ਸੀ ਗੁਰੂ ਜੀ ਪਾ ਕੇ ਆਏ, ਚਰਨਾਂ ਵਾਲੇ ਪਾਸੇ ਬੈਠੇ ਨੇ ਤੇ ਗੁਰੂ ਜੀ ਦੇ ਚਰਨਾਂ ਵਾਲੇ ਪਾਸੇ ਧਿਆਨ ਗਿਆ, ਰੋਕਦਿਆਂ ਹੋਇਆਂ ਵੀ ਬੜਾ ਰੁਕਿਆ, ਰੋਕਦਿਆਂ ਹੋਇਆਂ ਵੀ ਉਹਦੀ ਅੱਖਾਂ ਤੋਂ ਅੱਥਰੂ ਟਪਕ ਪਏ। ਗੁਰਦੇਵ ਸੱਚੇ ਪਾਤਸ਼ਾਹ ਨੂੰ ਬਿਲਕੁਲ ਹੀ ਉੱਠ ਖਲੋਤੇ, ਦਇਆ ਸਿੰਘ ਦਾ ਦਾੜਾ ਭਰਿਆ ਪਿਆ ਅੱਥਰੂ ਹੁੰਦੇ ਨਾਲ। ਸਾਹਿਬਾਂ ਨੂੰ ਉੱਠ ਕੇ ਗਲਵੱਕੜੀ 'ਚ ਲਿਆ, ਕਹਿਣ ਲੱਗੇ ਦਇਆ ਸਿੰਘ ਤੂੰ ਕਦੇ ਵੀ ਨਹੀਂ ਡੋਲਿਆ, ਅੱਜ ਕਿਉਂ ਡੋਲਣਾ? ਗੁਰੂ ਜੀ ਦੇ ਚਰਨਾਂ ਦਾ ਧਿਆਨ ਕਰਕੇ ਜੋ ਦਇਆ ਸਿੰਘ ਮਹਿਸੂਸ ਕਰਦਾ ਉਹਨੂੰ ਕਿਸੇ ਵਿਦਵਾਨ ਨੇ ਬੜੇ ਸੋਹਣੇ ਅੱਖਰ ਦਿੱਤੇ ਨੇ, ਮੈਂ ਉਹ ਵਿਦਵਾਨ ਦੀ ਅੱਖਰ ਤੁਹਾਡੇ ਨੂੰ ਸਾਂਝੇ ਕਰਨਾ ਚਾਹੁੰਦਾ। ਗੁਰੂ ਜੀ ਦੇ ਚਰਨਾਂ ਵੱਲ ਦੇਖ ਕੇ ਦਇਆ ਸਿੰਘ ਸੋਚ ਰਿਹਾ ਸੋਹਣੇ ਉਹਦੇ ਪੈਰ, ਸੋਹਣੇ ਉਹਦੇ ਪੈਰ ਤੇ ਗੁਲਾਬੀ ਰੰਗ ਅੱਡੀਆਂ, ਸੋਹਣੇ ਉਹਦੇ ਪੈਰ ਤੇ ਗੁਲਾਬੀ ਰੰਗ ਅੱਡੀਆਂ, ਅੱਡੀਆਂ 'ਚ ਖੂਬੀਆਂ ਨੇ ਸੂਲਾਂ ਵੱਡੋ ਵੱਡੀਆਂ, ਸੋਹਣੇ ਉਹਦੇ ਪੈਰ
ਫੁਆਰੇ ਵਾਂਗੂ ਰਿਸ਼ਤੇ ਨਵੇਂ ਸ਼ਾਖੇ ਬਣੀ ਜਾਣ ਪੁਰਾਣੀ ਜੜ ਫਿਸਦੇ ਸੋਹਣੇ ਦੇ ਚਰਨਾਂ ਵਿੱਚੋਂ ਸੋਹਣੇ ਦੇ ਚਰਨਾਂ ਵਿੱਚੋਂ ਜਿਹੜਾ ਰਸ ਜਿਹਾ ਚੋਂਦਾ ਹੈ ਬੜਾ ਫੁੱਟ ਫੁੱਟ ਕੇ ਹੋਇਆ। ਗੁਰਦੇਵ ਨੇ ਬੜਾ ਪਿਆਰ ਦਿੱਤਾ, ਬਹੁਤ ਪਿਆਰ ਦਿੱਤਾ। ਕਹਿਣ ਲੱਗੇ ਕੋਈ ਗੱਲ ਨਹੀਂ ਜੇ ਸਿੰਘ ਦਇਆ ਸਿੰਘ ਕਹਿਣ ਲੱਗੇ ਪਾਤਸ਼ਾਹ ਬੜਾ ਤੇਰੇ ਨੇੜੇ ਹੋ ਕੇ ਜੀਵਨ ਗੁਜ਼ਾਰਨ ਦਾ ਮੌਕਾ ਮਿਲਿਆ, ਪਰ ਇਤਨੀ ਨੇੜਤਾ ਦੇ ਬਾਵਜੂਦ ਵੀ ਕੁਛ ਗੱਲਾਂ ਉਹ ਨੇ ਜਿਹੜੀਆਂ ਮੈਨੂੰ ਵੀ ਸਮਝ ਨਹੀਂ ਲੱਗੀ, ਮੈਨੂੰ ਵੀ ਨਹੀਂ ਪਤਾ ਲੱਗੀ। ਅੱਜ ਮੈਂ ਤੈਨੂੰ ਕੁਛ ਸ਼ਾਇਦ ਤੋਂ ਮੈਨੂੰ ਦੱਸੇ ਨਾ ਕਿ ਚਰਨ ਸਿੰਘ ਸਫਰੀ ਦੇ ਕੋਲ ਲੱਗਿਆ ਹੋਇਆ ਪਾਤਸ਼ਾਹ ਤੂੰ ਪਿੱਛੇ ਖੜੀ ਕਰਦੇ ਕਿਸੇ ਦੀ ਮਰਨਾ ਜ਼ਮੀਨ ਤੂੰ ਨਾ ਮੱਲੀ, ਕਿਸੇ ਦੇ ਪੈਸਿਆਂ 'ਚ ਡਾਕਾ ਤੂੰ ਨਾ ਮਾਰਿਆ, ਕਿਸੇ ਦੀ ਧੀ ਬੱਚੀ ਦੀ ਗੱਲ ਤੂੰ ਨਾ ਕੋਈ ਇਹੋ ਜਿਹੀ ਕੀਤੀ। ਸੰਸਾਰ ਦਾ ਜ਼ੋਰ ਜ਼ਮੀਨ ਤਿੰਨੇ ਗੱਲਾਂ ਲੜਾਈ ਦੇ ਕਾਰਨ ਮੰਨਦੇ ਨੇ, ਤੇਰੇ ਕੋਲ ਅਜਿਹਾ ਕੁਛ ਵੀ ਨਹੀਂ ਹੋਇਆ ਤੇ ਕਾਹਦੇ ਪਿੱਛੇ ਕੀ ਕਰਨਾ ਕੀ ਚਾਹੁੰਦਾ ਤੂੰ ਇੰਨੀ ਗੱਲ ਦੱਸ। ਲੱਗਾ ਹੋਏ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ, ਉਹ ਬੱਚਿਆਂ ਦਾ ਦੁੱਖ ਜਾਂ ਪੰਖੇ ਨੂੰ ਵੀ ਨਹੀਂ ਚੱਲਦੇ, ਬੱਚਿਆਂ ਦਾ ਦੁੱਖ ਜਾਂ ਪਸ਼ੂ ਪੰਛੀ ਵੀ ਨਹੀਂ ਸਾਰ ਸਕਦੇ। ਗੁਰਬਾਣੀ ਵਿੱਚ ਜ਼ਿਕਰ ਹੈ, ਮੈਂ ਸੰਖੇਪ ਲਈ ਬਚਨ ਕਵਾਂਗਾ, ਮੋਹੇ ਲਾਗਤੀ ਤਾਗਾ ਵੇਲੀ ਬਛੜੇ ਦੇ ਨਿਕਾਏ ਅਕੇਲੀ। ਉਹਨੂੰ ਜਿੱਦਾਂ ਵਧੇ ਮਰਜ਼ੀ ਘਾਹ ਪਾ ਦਿਓ, ਤੜਪਦੀ ਹੈ ਮੇਰਾ ਬੱਚਾ ਕਿੱਥੇ ਗਿਆ। ਬੱਚਿਆਂ ਦਾ ਦੁੱਖ ਤਾਂ ਪੰਖੇਰੂ ਵੀ ਨਹੀਂ ਚੱਲਦੇ। ਬੜੇ ਮਾਂ ਬਾਪ ਗਰੀਬ ਦੇਖੇ ਨੇ, ਕੋਈ ਗਰੀਬ ਹੋਵੇਗਾ ਉਹ ਤਰਲੇ ਲੈਂਦਾ ਹੋਵੇਗਾ ਮੈਂ ਆਪਣੇ ਬੱਚਿਆਂ ਨੂੰ ਰੋਟੀ ਨਹੀਂ ਦੇ ਸਕਿਆ, ਕੋਈ ਗਰੀਬ ਹੋਵੇਗਾ ਉਹ ਕਹਿੰਦਾ ਹੋਵੇਗਾ ਮੈਂ ਆਪਣੇ ਬੱਚਿਆਂ ਨੂੰ ਦਵਾਈ ਨਹੀਂ ਦੇ ਸਕਿਆ, ਕੋਈ ਕਹਿੰਦਾ ਹੋਵੇਗਾ ਮੈਂ ਕੋਈ ਵਪਾਰ ਨਹੀਂ ਸ਼ੁਰੂ ਕਰ ਸਕਿਆ, ਕੋਈ ਕਹਿੰਦਾ ਹੋਵੇਗਾ ਮੈਂ ਆਪਣੇ ਬੱਚਿਆਂ ਨੂੰ ਕੋਈ ਚਾਰ ਪੈਸੇ ਨਹੀਂ ਦੇ ਸਕਿਆ, ਕੋਈ ਕਹਿੰਦਾ ਹੋਵੇਗਾ ਮੈਂ ਆਪਣੇ ਬੱਚਿਆਂ ਨੂੰ ਘਰ ਮਕਾਨ ਨਹੀਂ ਬਣਾ ਕੇ ਦੇ ਸਕਿਆ। ਤਰ੍ਹਾਂ ਤਰ੍ਹਾਂ ਦੇ ਗਰੀਬ ਪਏ ਨੇ, ਪਰ ਮੈਂ ਇਹੋ ਜਿਹਾ ਗਰੀਬ ਕੋਈ ਵੀ ਨਹੀਂ ਦੇਖਿਆ। ਗਰੀਬ ਤੋਂ ਗਰੀਬ ਮਾਪੇ ਜੱਗ ਵਿੱਚ ਪਏ ਨੇ, ਪਰ ਕੱਪੜੋਂ ਬਗੈਰ ਪੁੱਤ ਦੱਸ ਕੀ ਦੇਖੇ। ਕੋਈ ਕੱਪੜਾਂ ਤੋਂ ਵੀ ਨਾ ਵੀ ਪੁੱਤਰ ਨੂੰ ਤੋੜ ਦਿੰਦਾ। ਤੂੰ ਪਾਤਸ਼ਾਹ ਦਾ ਪਾਤਸ਼ਾਹ ਚਰਨ ਸਿੰਘ ਸਫਰੀ ਨੇ ਲਿਖਿਆ ਵੀ ਇਹ ਚਮਕੌਰ ਸਾਹਿਬ ਦੀ ਘਟਨਾ, ਪਰ ਚਮਕੌਰ ਸਾਹਿਬ ਗੁਰੂ ਜੀ ਭਾਈ ਦਇਆ ਸਿੰਘ ਨੂੰ ਨਹੀਂ ਸੀ ਮਿਲੇ, ਉਦੋਂ ਵੱਖੋ ਵੱਖਰੇ ਨਿਕਲੇ ਸਨ। ਮਾਛੀ ਬਾੜੇ ਦੇ ਜੰਗਲ 'ਚ ਪੁੱਛ ਰਹੇ ਸਾਹਿਬ ਨੇ ਫਿਰ ਦਇਆ ਸਿੰਘ ਨੂੰ ਗੱਲ ਆਖੀ, ਦਇਆ ਸਿੰਘ ਆ ਮੋਹ ਵਾਲੇ ਤਿਣਕੇ ਦਰਬੁੱਤੇ। ਕਈ ਕਥਾਵਾਂ ਐਸੀਆਂ ਨੇ ਜਿਹੜੀਆਂ ਖੁਦ ਨੂੰ ਕਰਨੀਆਂ ਔਖੀਆਂ ਹੋ ਜਾਂਦੀਆਂ ਨੇ। ਦਇਆ ਸਿੰਘ ਆ ਮੋਹ ਵਾਲੇ ਤਿਣਕੇ ਤਰੋੜਦੇ, ਕੌਮ ਦੇ ਸ਼ਹੀਦ ਨਹੀਂ ਕੱਪੜਾਂ ਨੂੰ ਟੁੱਟਦੇ। ਇਹ ਕੱਪੜਾਂ ਵਾਸਤੇ ਥੋੜ੍ਹਾ ਸ਼ਹੀਦ ਹੋਏ ਨੇ। ਚੱਲ ਚੱਲੀਏ ਆਪਣਾ ਪੰਧ ਨਵੇਰਾ ਹੈ, ਇੰਨੇ ਸਮੇਂ 'ਚ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਉਹ ਵੀ ਆ ਗਏ। ਗੁਲਾਬੇ ਦੇ ਨੌਕਰ ਨੇ ਜਾ ਕੇ ਘਰੇ ਦੱਸ ਦਿੱਤਾ ਅਤੇ ਗੁਲਾਬਾ ਗੁਰੂ ਜੀ ਨੂੰ ਲੈਣ ਆ ਗਿਆ। ਮਾਛੀ ਵਾੜਾ ਸਤਲੁਜ ਦੇ ਕੰਢੇ 'ਤੇ ਵਸਿਆ ਹੋਇਆ ਸੀ, ਹੁਣ ਥੋੜ੍ਹਾ ਪਾਸੇ ਹੋ ਗਿਆ ਦਰਿਆ। ਮਾਛੀ ਵਾੜਾ ਇਹਨੂੰ ਤਾਂ ਕਹਿੰਦੇ ਸੀ ਮਾਛੀਆਂ ਦਾ ਵਾੜਾ,
ਜਿਹੜੇ ਲੋਕ ਮੱਛੀਆਂ ਪਕੜਨ ਵਾਲੇ ਮਛੇਰੇ ਉੱਥੇ ਰਹਿੰਦੇ ਸਨ ਤੇ ਇਹ ਉਹਨਾਂ ਦਾ ਵਾੜਾ ਸੀ। ਉਹਦੇ ਤੋਂ ਬਦਲਿਆ ਹੋਇਆ ਨਾਂ, ਵਿਗੜਿਆ ਹੋਇਆ ਨਾਂ ਮਾਛੀ ਵਾਲਾ ਹੈ। ਤੇ ਇੱਥੇ ਭਾਈ ਗੁਲਾਬਾ ਆਪਣੇ ਘਰ ਲੈ ਗਿਆ ਗੁਰੂ ਗੋਬਿੰਦ ਸਿੰਘ ਨੂੰ। ਜਦੋਂ ਗੁਰੂ ਘਰ ਗਏ ਤੇ ਇਹਨਾਂ ਦੇ ਪਾਸੇ ਵਾਪਸ ਚਮਕੌਰ ਵਿੱਚੋਂ ਚਮਕੌਰ ਸਿਰ ਦੇ ਵਿੱਚੋਂ ਪਤਾ ਲੱਗ ਗਿਆ ਸੀ ਵੀ ਮੈਂ ਬਾਕੀ ਗੱਲਬਾਤ 'ਚ ਕਰਨਾ ਵੀ ਗੁਰੂ ਜੀ ਨਹੀਂ। ਤੇ ਫਿਰ ਇਹਨਾਂ ਦੇ ਪਾਸੇ ਮੁਨਿਆਦੀ ਹੋ ਰਹੀ ਸੀ, ਢੋਲ ਤੇ ਡੱਕੇ ਮਾਰ ਮਾਰ ਕੇ ਉੱਚੀ ਉੱਚੀ ਦੱਸਿਆ ਜਾ ਰਿਹਾ ਸੀ ਵੀ ਅਗਰ ਕੋਈ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਮਦਦ ਕਰੇਗਾ ਤੇ ਸਰਕਾਰ ਦੀਆਂ ਨਜ਼ਰਾਂ 'ਚ ਦੋਸ਼ੀ ਹੋਵੇਗਾ। ਜਿਹੜਾ ਕੋਈ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਜਾਂ ਉਹਦੇ ਪਰਿਵਾਰ ਦੀ ਦਰਸ਼ ਪਾਏਗਾ ਉਹਨੂੰ ਮੂੰਹ ਮੰਗ ਮੰਗ ਇਨਾਮ ਮਿਲੇਗਾ। ਇਹ ਗੱਲ ਗੁਲਾਬੇ ਦੇ ਕੰਨਾਂ 'ਚ ਪਈ। ਇੱਕ ਉਹਦਾ ਭਰਾ ਸੀ ਪੰਜਾਬਾ, ਪੰਜਾਬਾ ਦਿਲ ਦਾ ਕਮਜ਼ੋਰ ਸੀ ਤੇ ਸੀ ਵੀ ਸਾਖਤ ਵਿਰਤੀ ਦਾ ਕੋਈ ਬਹੁਤ ਪ੍ਰੇਮ ਵਾਲਾ ਨਹੀਂ ਸੀ। ਉਹਨੇ ਹੋਰ ਗੁਲਾਬੇ ਦਾ ਮਨ ਚੁੱਕ ਦਿੱਤਾ, ਕਹਿਣ ਲੱਗੇ ਭਲਿਆ ਬੜੀ ਔਖ ਸੌਖ ਕਰਕੇ ਬੰਦਾ ਚਾਰ ਇੱਟਾਂ ਜੋੜਦਾ, ਘਰ ਦਾ ਆਲਣਾ ਬਣਾਉਂਦਾ ਤੇ ਇਹ ਤਾਂ ਗੁਰੂ ਜਿਹੜੇ ਅਖੜਦਾ ਤੈਨੂੰ ਉਜਾੜ ਦੇਗਾ, ਤੂੰ ਕਿਹੜੇ ਗੁਰੂ ਦੇ ਮਗਰ ਲੱਗਿਆ, ਮੁੜ ਤੈਨੂੰ ਕੀ ਪੁੱਛਣਾ ਇੱਥੇ। ਉਹ ਵੀ ਡਰ ਗਿਆ। ਜਦੋਂ ਵੀ ਡਰਿਆ ਤੇ ਉਹ ਪੰਜ ਮੋਹਰਾਂ ਰੱਖ ਕੇ ਸ਼ਬਦ ਵਕਤ ਹੋ ਗਿਆ ਸੀ, ਉਹ ਪੰਜ ਮੋਹਰਾਂ ਰੱਖ ਕੇ ਥਾਲੀ 'ਚ ਗੁਰੂ ਜੀ ਦੇ ਚਰਨ ਵਾਲੇ ਗੁਰਦੇਵ ਹੱਸ ਪਏ, ਕਹਿਣ ਲੱਗੇ ਗੁਲਾਬੇ ਮੈਨੂੰ ਮੋਹਰਾਂ ਦੀ ਲੋੜ ਨਹੀਂ, ਇਹ ਵੀ ਕਹਿਣਾ ਤੁਰਨ ਵੀ ਚਲਾ ਗਿਆ, ਮੈਂ ਜਦੋਂ ਦਾ ਤੁਰਿਆ ਮੈਂ ਇਹ ਵੀ ਕਰਦਾ ਰਿਹਾ, ਮੈਂ ਜਿਹੜੀ ਥਾਂ 'ਤੇ ਇੱਕ ਵਾਰੀ ਗਿਆ ਮੈਨੂੰ ਮੋੜਨ ਦਾ ਮੌਕਾ ਹੀ ਨਹੀਂ ਮਿਲਿਆ, ਬਹੁਤ ਬਹੁਤ ਬੜੀ ਨਹੀਂ। ਪਟਨਾ ਸਾਹਿਬ ਦੀ ਧਰਤੀ ਨੂੰ ਛੱਡ ਆਇਆ ਸਾਂ, ਪੌਂਟਾ ਸਾਹਿਬ ਦੀ ਧਰਤੀ ਨੂੰ ਛੱਡ ਆਇਆ ਸਾਂ, ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਆਇਆ ਸਾਂ, ਚਮਕੌਰ ਦੀ ਗੜੀ ਨੂੰ ਛੱਡ ਆਇਆ ਸਾਂ, ਕਦੇ ਆਪਣਿਆਂ ਦੇ ਕਹਿਣ 'ਤੇ ਕਦੇ ਬਗਾਨਿਆਂ ਦੇ ਕਹਿਣ 'ਤੇ ਛੱਡਦਾ ਹੀ ਆਇਆ, ਅਤੇ ਅੱਜ ਵੀ ਮੈਂ ਤੇਰਾ ਘਰ ਛੱਡ ਕੇ ਜਾਣਾ ਚਾਹੁੰਦਾ। ਇੱਕ ਮੇਰਾ ਕੰਮ ਕਰਦੇ ਛੋਟਾ ਗਿਆ, ਕਹਿਣ ਲੱਗੇ ਦੱਸੋ, ਕਹਿਣ ਲੱਗੇ ਕਿ ਗਨੀ ਖਾਂ ਕਿ ਨਵੀਂ ਖਾਂ ਰਹਿੰਦੇ ਨੇ। ਜੇ ਤੁਹਾਨੂੰ ਥੋੜ੍ਹਾ ਜਿਹਾ ਯਾਦ ਹੋਵੇ ਮੈਂ ਉਦੋਂ ਵੀ ਇਸ਼ਾਰਾ ਦਿੱਤਾ ਸੀ ਵੀ ਇਹਦੀ ਆਪਾਂ ਨੂੰ ਅੱਗੇ ਲੋੜ ਪੈਣੀ। ਇਹ ਕੋਟਲਾ ਨਿਹੰਗ ਦੇ ਪਰਿਵਾਰ ਵਿੱਚੋਂ ਨੇ, ਸੰਬੰਧਿਤ ਨੇ, ਉਹਨਾਂ ਦੇ ਪਰਿਵਾਰ ਵਿੱਚੋਂ ਸੁਲੇਮਾਨ ਖਾਂ, ਉਹਦਾ ਪੁੱਤਰ ਸੁਲਤਾਨ ਖਾਨ, ਉਹਦਾ ਪੁੱਤਰ ਸ਼ਮਸ ਖਾਨ, ਉਹਦਾ ਪੁੱਤਰ ਅੱਗੇ ਦੋ ਬੱਚੇ ਨੇ, ਇੱਕ ਨੌਰੰਗ ਖਾਨ, ਇੱਕ ਬੀਬੀ ਉਮਰੀ। ਮੇਰੀ ਬੇਨਤੀ ਵੀ ਜੇ ਤੁਸੀਂ ਗੱਲਾਂ ਕਰਨੀਆਂ ਪਲੀਜ਼ ਬਾਹਰ ਚਲੇ ਜਾਓ, ਮੈਂ ਕਿਹੜੀ ਦੁੱਖ ਵਾਲੀ ਕਥਾ ਸੁਣਾ ਰਿਹਾ, ਮੇਰੇ ਕੋਲੋਂ ਆਪ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਉੱਥੇ ਚੱਲੀਏ, ਮੈਨੂੰ ਤੰਗ ਹੋ ਜਾਂਦਾ ਮੇਰਾ ਮਨ, ਇੱਕ ਵਾਰੀ ਫਿਰ ਪਿਆਰ ਨਾਲ ਕਹੋ ਸਤਨਾਮ। ਬੇਨਤੀ ਕਰ ਰਹੇ ਸੰਭਿਆਰੀਓ, ਸੁਲਤਾਨ ਖਾਂ, ਸੁਲੇਮਾਨ ਖਾਂ, ਸੁਲਤਾਨ ਖਾਂ, ਸ਼ਮਸ ਖਾਂ, ਅੱਗੇ ਉਹਦਾ ਪੁੱਤਰ ਇੱਕ ਨੌਰੰਗ ਖਾਂ, ਇੱਕ ਬੱਚੀ ਹੈ ਉਹਦੀ ਬੀਬੀ ਉਮਰੀ। ਇਹ ਜਿਹੜੇ ਸ਼ਮਸ ਖਾਂ ਦੇ ਦੋ ਬੱਚੇ ਨੇ ਨਾ, ਇਹਨਾਂ 'ਚੋਂ ਜਿਹੜੀ ਬੀਬੀ ਉਮਰੀ ਇਹ ਮਾਛੀ ਵਾਲੀ ਵਿਆਹੀ ਹੋਈ ਹੈ, ਇਹਦੇ ਪੁੱਤ ਨੇ ਦੋ ਗਨੀ ਖਾਂ ਤੇ ਨਵੀਂ ਖਾਂ। ਇਹ ਨੌਰੰਗ ਖਾਂ ਦਾ ਪੁੱਤ ਅੱਗੇ ਨਿਹੰਗ ਖਾਂ ਜਿਹਦੇ ਕੋਲ ਗੁਰੂ ਜੀ ਭੱਠਾ ਸਾਹਿਬ ਰਹਿ ਕੇ ਆਏ, ਇਹਨੇ ਅੱਗੇ ਸੁਨੇਹੇ ਦਿੱਤੇ ਹੋਏ ਸਨ ਸਾਰੇ ਵੀ ਕਿਤੇ ਲੋੜ ਪਈ ਗੁਰੂ ਜੀ ਆਏ। ਗੁਰੂ ਜੀ ਕਹਿ ਲੈ ਪੰਜਾਬੀ ਨੂੰ ਬਈ ਤੂੰ ਇੱਕ ਕੰਮ ਕਰ,
ਬੜੇ ਸਿਰਕ ਤੇ ਭਰੋਸੇ ਵਾਲੇ ਨੇ ਤੇ ਗਨੀ ਖਾਂ ਦੇ ਘਰ ਇੱਥੋਂ ਦੀ ਵਸਨੀਕ ਨੇ ਪਤਾ ਕਰਕੇ ਤੇ ਉਹਨੂੰ ਮਿਲਾ ਕਿਸੇ ਤਰ੍ਹਾਂ ਪੰਜਾਬਾਂ ਕਹਿੰਦੇ ਮੈਂ ਠੀਕ ਹੈ। ਸਰਦੀਆਂ ਦੇ ਦਿਨ ਸੀ, ਅੱਜ ਵਰਗਾ ਸਾਧਨ ਨਹੀਂ ਸੀ ਹੁੰਦਾ ਤੇ ਲੋਕ ਦਰਵਾਜ਼ੇ ਬੰਦ ਕਰਕੇ ਜਲਦੀ ਟਿਕਟ ਕਰ ਜਾਂਦੇ ਸਨ। ਪੰਜਾਬ ਰਾਤ ਨੂੰ ਉੱਠਿਆ ਤੇ ਜਾ ਕੇ ਗਨੀ ਖਾਂ ਨੂੰ ਖਤ ਗਏ। ਆਹ ਪਿਆਰ ਹੁੰਦਾ ਗਿਆ ਬੜੇ, ਕਿਉਂ ਦਰਵਾਜ਼ਾ ਖੜਕਿਆ, ਗਨੀ ਖਾਂ ਝੱਟ ਬਾਹਰ ਨਿਕਲੇ। ਬਾਹਰ ਨਿਕਲਦਿਆਂ ਸਾਰ ਪੰਜਾਬੀ ਨੂੰ ਪਹਿਲਾ ਸਵਾਲ ਕਰਦਾ, ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਤਾਂ ਨਹੀਂ ਪਤਾ ਲੱਗਾ। ਉਹ ਪੰਜਾਬਾ ਕਹਿੰਦੇ ਕਹਿੰਦਾ ਅੰਦਰ ਜਾ ਕੇ ਗੱਲ ਕਰਨੇ, ਬਾਹਰ ਨਾ ਕਰ। ਕਹਿੰਦੇ ਠੀਕ ਹੈ। ਉਹ ਅੰਦਰ ਬੈਠ ਕੇ ਨਵੀਂ ਖਾਂ ਵੀ ਉੱਠ ਕੇ ਆ ਗਿਆ। ਵੈਸੇ ਨਵੀਂ ਖਾਂ ਵੱਡਾ ਹੈ, ਗਨੀ ਖਾਂ ਛੋਟਾ ਹੈ, ਪਰ ਮਸ਼ਹੂਰ ਮੇਰੇ ਗਨੀ ਖਾਂ ਤੇ ਨਵੀਂ ਖਾਂ। ਉਹਦਾ ਨਵੀਂ ਖਾਂ ਵੱਡਾ ਸੀ ਤੇ ਉਹ ਕੋਲ ਬੈਠ ਕੇ ਕਹਿੰਦੇ ਤੇ ਗੁਰੂ ਗੋਬਿੰਦ ਸਿੰਘ ਦਾ ਪਤਾ ਲੱਗਿਆ। ਉਹ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਸਾਡੇ ਘਰ ਨੇ ਤੇ ਉਸੇ ਵੇਲੇ ਗਨੀ ਖਾਂ ਤਰਲੇ ਲੈਣ ਲੱਗ ਗਿਆ। ਕਹਿੰਦਾ ਵੀ ਕਿਸੇ ਤਰ੍ਹਾਂ ਤੂੰ ਸਾਨੂੰ ਲਿਆਉਣ ਦੇ ਸਕਦੇ, ਅਸੀਂ ਆਪਣੇ ਘਰ ਲੈ ਕੇ ਆਉਣਾ ਚਾਹੁੰਦੇ, ਤੂੰ ਦੇ ਸਕਣਾ ਅੱਗੇ। ਪੰਜਾਬਾ ਕਹਿਣ ਲੱਗਿਆ ਵੀ ਮੈਂ ਤਾਂ ਆਈ ਇਸ ਕੰਮ ਨੂੰ, ਮੈਂ ਤੇ ਆਈ ਇਸ ਕੰਮ ਨੂੰ। ਉਹ ਕਹਿਣ ਲੱਗੇ ਠੀਕ ਹੈ ਤੁਸੀਂ ਚਲੋ। ਤੇ ਗਲੀ ਖਾਂ ਤੇ ਨਦੀ ਖਾਂ ਨਾਲ ਪੰਜਾਬਾ ਉਹ ਆ ਗਏ ਗੁਰੂ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ, ਤਾਂ ਨਿਕਲ ਗਈਆਂ ਜਿਹਨਾਂ ਨੇ ਗੁਰੂ ਨੂੰ ਉਸ ਅਨੰਦਪੁਰ ਸਾਹਿਬ ਦੇ ਵਿੱਚ ਤੱਕਿਆ ਹੋਵੇ ਜਦੋਂ ਰਾਜੇ ਵੀ ਆ ਕੇ ਸਲਾਮਾਂ ਕਰਦੇ ਨੇ। ਉਹਨੂੰ ਅੱਜ ਚੋਲਾ ਫਟਿਆ ਹੋਇਆ, ਲੀਰੋ ਲੀਰ ਗੁਰੂ ਦੀਆਂ ਲੱਤਾਂ ਤੇ ਜੰਮਿਆ ਹੋਇਆ ਖੂਨ, ਪੈਰਾਂ ਦੇ ਪਏ ਹੋਏ ਛਾਲੇ, ਦੁਹਾਈਆਂ ਪੈ ਗਈਆਂ ਗਨੀ ਖਾਂ ਤੇ ਨਵੀਂ ਖਾਂ। ਮੇਰਾ ਦੀਆਂ ਸੋਈਆਂ ਕਦੋਂ ਦੇ ਉਮੀਦ ਦੇ ਸਾਂ, ਨਹੀਂ ਕੋਈ ਪਤਾ ਲੱਗਿਆ ਸਾਨੂੰ। ਸਤਿਗੁਰੂ ਕਹਿੰਦੇ ਅੱਗੇ ਵੀ ਆਪਾਂ ਇੱਥੋਂ ਜਲਦੀ ਚੱਲੀਏ, ਚਲੇ ਗਨੀ ਖਾਂ ਤੇ ਨਵੀਂ ਖਾਂ ਤੇ ਕਰ ਗਏ। ਜਿੰਨਾ ਹੋ ਸਕਿਆ ਗੁਰੂ ਜੀ ਦੇ ਬਾਕੀ ਜ਼ਖਮਾਂ ਦਾ ਉਹਨਾਂ ਨੇ ਇਲਾਜ ਕੀਤਾ, ਪ੍ਰਬੰਧ ਕੀਤਾ, ਚਰਨਾਂ ਦਾ ਪ੍ਰਬੰਧ ਕੀਤਾ ਜਿੰਨਾ ਹੋ ਸਕਦਾ ਸੀ ਉਸ ਵੇਲੇ ਰਾਤ ਨੂੰ। ਤੇ ਫਟਾਫਟ ਇੱਕ ਗੁਰਦੇਈ ਨਾਂ ਦੀ ਬੀਬੀ ਸੀ, ਉਹ ਵੀ ਬੜੀ ਪਿਆਰ ਭਾਵਨਾ ਵਾਲੀ ਸੀ, ਉਹਦੇ ਘਰੋਂ ਕੱਪੜਾ ਲਿਆਂਦਾ ਤੇ ਕੱਪੜਾ ਲਿਆ ਕੇ ਫਿਰ ਉਹਨੂੰ ਜਿਵੇਂ ਕਿਵੇਂ ਹੋ ਸਕਿਆ ਉਹਨੂੰ ਰੰਗਿਆ ਇਤਿਹਾਸ ਪਿੰਡ ਤੇ ਫਿਰ ਕਿਸੇ ਤਰ੍ਹਾਂ ਪੱਠੀ ਨਾਲ ਜਾਂ ਕਿਸੇ ਤਰ੍ਹਾਂ ਸੁਕਾਇਆ। ਤੇ ਦੇਖੋ ਕਦੇ ਪਿਆਰ ਵਾਲੇ ਹੋ, ਸ਼ਾਹੀ ਪੁਸ਼ਾਕਾਂ ਦੇ ਪਹਿਨਣ ਵਾਲਾ ਅੱਜ ਖੱਦਰ ਦਾ ਉਸ ਪਰਿਵਾਰ ਨੇ ਐਵੇਂ ਕੱਟ ਕੇ ਤੇ ਸੂਨਾ ਦੀਆਂ ਸਿੱਧੀਆਂ ਦੀਆਂ ਮਾਰਤੀ। ਹੁਣ ਤਾਂ ਅਸੀਂ ਸ਼ਰਧਾ ਪਾਸੋਂ ਇਤਿਹਾਸ ਦੀ ਤਸਵੀਰ ਦਿਖਾਉਂਦੇ ਹੀ ਨਾ। ਰਾਤ ਨੂੰ ਕਿਹੜਾ ਕੋਈ ਦਰਜੀ ਸੀ ਸਿਉਣ ਵਾਲਾ, ਸਿੱਧੇ ਜਿਹੇ ਟਾਂਕੇ ਲਾ ਦਿੰਦੇ ਤੇ ਗੁਰੂ ਸਾਹਿਬ ਨੇ ਉਹੀ ਚੁੜਕ ਪਾ ਲਿਆ, ਗੁਰੂ ਕੇ ਸਿੰਘਾਂ ਨੇ ਵੀ ਚੁੜਕ ਪਾ ਲਿਆ। ਸਾਹਿਬ ਕਹਿਣ ਲੱਗੇ ਵੀ ਇੱਥੇ ਨਹੀਂ ਰੁਕਣਾ, ਇੱਥੋਂ ਅੱਗੇ ਚਲੇ ਜਾਣਾ। ਕਹਿਣ ਲੱਗੇ ਠੀਕ ਹੈ। ਤੇ ਉਹਨਾਂ ਨੇ ਗਨੀ ਖਾਂ ਤੇ ਨਵੀਂ ਖਾਂ ਨੇ ਇੱਕ ਬਹੁਤ ਸੋਹਣਾ ਨਵਾਰੀ ਪਾਲਦਾ ਨਵਾਰ ਦਾ ਬਣਿਆ, ਬੜਾ ਸੌਫਟ ਹੁੰਦਾ ਸੀ, ਉਹ ਲਿਆਂਦਾ ਤੇ ਉਹਨੂੰ ਇੱਕ ਪਾਲਕੀ ਜੀ ਵਾਂਗ ਬਣਾ ਲਿਆ, ਉੱਤੇ ਚਾਰ ਛੱਟੀਆਂ ਬੰਨ ਕੇ ਤੇ ਕੱਪੜਾ ਚਾਰੇ ਪਾਸੇ ਟਾਂਗ ਕੇ। ਗੁਰਦੇਵ ਪੁੱਛਣ ਲੱਗੇ ਕੀ, ਕਹਿੰਦੇ ਕਿ ਬਾਦਸ਼ਾਹ ਇਹਦੇ 'ਚ ਬਿਠਾ ਕੇ ਲੈ ਕੇ ਚੱਲਾਂਗੇ ਕਿ ਚੱਲਣਾ, ਜਿਵੇਂ ਤੁਰਨਾ ਔਖਾ ਹੈ, ਬਹੁਤ ਔਖਾ ਲੱਗਦਾ, ਸਾਡਾ ਨਾਮ ਕਰੀਚਦਾ, ਤੁਸੀਂ ਕਿਵੇਂ ਪੈਰ ਧਰੋਗੇ। ਸਾਹਿਬ ਕਹਿਣ ਲੱਗੇ ਕਿਵੇਂ ਹੋ ਸਕਦਾ, ਮੈਂ ਸਿੱਖਾਂ ਦੇ ਕੰਧੇ ਹੁੰਦੇ ਜਾਵਾਂ, ਮੈਂ ਸਿੱਖਾਂ ਨੂੰ ਤਾਂ ਬਹੁਤ ਪਿਆਰ ਕਰਨਾ, ਮੈਂ ਕਿਹਾ ਸਿੱਖਾਂ ਦੀ ਚੌਕੀਦਾਰ ਕਰਦਾ ਫਿਰਦਾ,
ਚਮਕਾਉਣ ਦੀ ਗੜੀ ਚ ਤੁਸੀਂ ਕਹਿੰਦੇ ਹੋ ਕਿ ਮੈਂ ਇਹਨੂੰ ਮੋਢੇ ਤੇ ਆ ਕੇ ਲੈ ਕੇ ਜਾਣਾ, ਇਹ ਨਹੀਂ ਹੋ ਸਕਣਾ। ਗਨੀ ਖਾਤੇ ਨਬੀ ਖਾ ਕਹਿਣ ਲੱਗੇ, ਪਾਤਸ਼ਾਹ ਸਾਡੇ ਬਜ਼ੁਰਗ ਜਦੋਂ ਸਾਡੇ ਘਰ ਪੀਰ ਆਉਂਦੇ ਸੀ ਨਾ, ਤਾਂ ਉਹਨਾਂ ਨੂੰ ਇਵੇਂ ਛੱਡਣ ਜਾਂਦੇ ਸੀ। ਉਹ ਤਾਂ ਨਾਂ ਦੇ ਉੱਚਦੇ ਪੀਰ ਨੇ, ਤੂੰ ਤਾਂ ਹੈ ਹੀ ਉੱਚਦਾ ਪੀਰ ਹੈ, ਅਸੀਂ ਉੱਚਦਾ ਪੀਰ ਹੀ ਸੁਣ ਕੇ ਲੈ ਕੇ ਚੱਲਾਂਗੇ, ਪਰ ਤੈਨੂੰ ਇਹ ਵਿੱਚ ਹੀ ਜਾਣਾ ਪੈਣਾ। ਗਨੀ ਖਾਂ ਤੇ ਨਬੀ ਖਾਂ ਨੇ ਗੁਰੂ ਜੀ ਨੂੰ ਉਸ ਪਾਲਕੀ ਨੁਮਾ ਮੰਜੇ ਤੇ ਬਿਠਾ ਲਿਆ, ਪਲਗੇ ਤੇ ਬਿਠਾ ਲਿਆ, ਤੇ ਅਗਲੇ ਪਾਸੇ ਗਨੀ ਖਾਂ ਤੇ ਨਬੀ ਖਾਂ ਨੇ ਮੋਢੇ ਲਾਏ, ਪਿੱਛੋਂ ਧਰਮ ਸਿੰਘ ਤੇ ਮਾਨ ਸਿੰਘ ਨੇ ਮੋਢੇ ਲਾਏ, ਤੇ ਨਾਲ ਭਾਈ ਰਿਆ ਸਿੰਘ ਜੀ ਚੌੜ ਲੈ ਕੇ ਨਾਲ ਦੇ। ਮੈਂ ਫਿਰ ਜ਼ਿਕਰ ਕਰਾਂ, ਮਾਛੀ ਬਾੜੇ ਦੇ ਜੰਗਲ ਵਿੱਚ ਤੁਸੀਂ ਕਦੇ ਜਾਵੋ ਤੇ ਉੱਥੇ ਚਾਰ ਗੁਰਦੁਆਰਾ ਸਾਹਿਬ ਨੇ, ਜਿੱਥੇ ਗੁਰੂ ਜੀ ਸਭ ਤੋਂ ਪਹਿਲਾਂ ਜਾ ਕੇ ਪੰਜਾਬੀ ਦੇ ਬਾਗ ਚੌਂਕੇ, ਉਸ ਗੁਰਦੁਆਰਾ ਸਾਹਿਬ ਦਾ ਨਾਮ ਚਰਨ ਕਮਲ ਸਾਹਿਬ, ਜਿੱਥੇ ਪੰਜਾਬੀ ਦੇ ਘਰ ਜਾ ਕੇ ਰੁਕੇ, ਉਸ ਗੁਰਦੁਆਰਾ ਸਾਹਿਬ ਦਾ ਨਾਮ ਚੁਬਾਰਾ ਸਾਹਿਬ, ਜਿੱਥੇ ਗਨੀ ਖਾਂ ਤੇ ਨਬੀ ਖਾਂ ਦੇ ਘਰ ਜਾ ਕੇ ਰੁਕੇ, ਉਹਦਾ ਨਾਮ ਉੱਚ ਦਾ ਪੀਰ, ਗੁਰਦੁਆਰਾ ਉੱਚ ਦਾ ਪੀਰ। ਜਿੱਥੇ ਚੌਥਾ ਗੁਰਦੁਆਰਾ ਸਾਹਿਬ ਆ, ਉਹ ਜਦੋਂ ਬਾਹਰ ਨਿਕਲੇ ਤਾਂ ਜੇ ਫੌਜ ਦੀ ਟੁਕੜੀ ਨੇ ਗੁਰੂ ਜੀ ਨੂੰ ਘੇਰ ਲਿਆ, ਉਹਨਾਂ ਨੂੰ ਘੇਰ ਲਿਆ ਵੀ ਕੌਣ ਹੈ, ਕਹਿਣ ਲੱਗੇ ਉੱਚ ਦੇ ਪੀਰ। ਤੇ ਮੈਂ ਇੱਕ ਨਿੱਕੀ ਜਿਹੀ ਗੱਲ ਵੀ ਸਾਂਝੀ ਕਰਦੇ ਹਾਂ, ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਲਿਖਿਆ, ਡਾਕਟਰ ਰਤਨ ਸਿੰਘ ਜੱਗੀ ਨੇ ਵੀ ਲਿਖਿਆ, ਸੂਰਜ ਪ੍ਰਕਾਸ਼ ਦੀ ਟਿੱਪਣੀ ਚ ਵੀ ਹੈ, ਇਹ ਬਹਾਵਲ ਇਹ ਹੁਣ ਪਾਕਿਸਤਾਨ ਦੇ ਵਿੱਚ ਹੈ। ਉੱਥੇ ਇੱਕ ਜਗ੍ਹਾ ਸੀ, ਉਹਨੂੰ ਪਹਿਲਾਂ ਕਿਸੇ ਵੇਲੇ ਇੱਕ ਰਾਜੇ ਨੇ ਦੂਜੇ ਰਾਜੇ ਕੋਲੋਂ ਜਿੱਤ ਕੇ, ਦੁਆਰਦਾਸ ਕੋਲੋਂ ਜਿੱਤ ਕੇ, ਦੇਵਦਾਸ ਕੋਲੋਂ ਜਿੱਤ ਕੇ, ਸਿੰਘ ਸੀ ਉਹਨਾਂ ਦੇਵ ਸਿੰਘ, ਸਿੰਘ ਨਾਮ ਬਹੁਤ ਪੁਰਾਣਾ ਹੈ, ਅਤੇ ਉਹਦੇ ਕੋਲ ਜਿੱਤ ਕੇ, ਇਹ ਇੱਕ ਉੱਚਾ ਜਿਹਾ ਥਾਂ ਸੀ ਜਿੱਥੇ ਉਹਨੇ ਕਿਲ੍ਹਾ ਬਣਾਇਆ ਸੀ, ਕਿ ਮੈਂ ਸੁੱਖਾ ਸੁੱਖਾ ਜਿਹਾ ਕਰਦੇ ਹਾਂ। ਇਹਦੇ ਕੋਲ ਇਹਦਾ ਸੁਭਾਅ ਬੜਾ ਚੰਗਾ ਸੀ, ਅਤੇ ਇਹਦੇ ਕੋਲ ਆ ਕੇ ਫਕੀਰ ਰਹਿੰਦੇ ਹੁੰਦੇ ਸਨ। ਉਹ ਜਿਹੜੇ ਉੱਥੋਂ ਦੇ ਫਕੀਰ ਸਨ, ਉਹਨੂੰ ਕਹਿੰਦੇ ਸੀ ਉੱਚ ਦਾ ਪੀਰ, ਉਹ ਬੜੀ ਕਰਨੀ ਵਾਲੇ ਅਤੇ ਨੇਕ ਹੁੰਦੇ ਸਨ, ਬਹੁਤ ਨੇਕ ਹੁੰਦੇ ਸਨ, ਬੜਾ ਅਦਬ ਸਤਿਕਾਰ ਸੀ। ਗਨੀ ਖਾਂ ਤੇ ਨਬੀ ਖਾਂ ਚੁੱਕੀ ਲੈ ਕੇ ਜਾ ਰਹੇ ਨੇ, ਅਤੇ ਉਹ ਪੁੱਛਣਗੇ ਫੌਜ ਦਾ ਦਸਤਾ ਪੁੱਛਣਗੇ ਵੀ ਇਹ ਕੌਣ ਹੈ, ਉਹ ਕਹਿੰਦੇ ਉੱਚ ਦਾ ਪੀਰ, ਇਹ ਉੱਚ ਦਾ ਪੀਰ ਹੈ। ਉਹ ਕਹਿਣ ਲੱਗੇ ਵੀ ਨਹੀਂ, ਸਾਨੂੰ ਸ਼ੱਕ ਹੈ, ਵੀ ਕਿੰਨੀ ਵਾਰੀ ਹੋ ਗਿਆ ਅਨੰਦਪੁਰ ਸਾਹਿਬ ਤੋਂ, ਸਰਸਾ ਦੇ ਕਿਨਾਰੇ ਤੋਂ, ਚਮਕੌਰ ਦੀ ਕੜੀ ਤੋਂ, ਹਰ ਵਾਰੀ ਗੁਰੂ ਗੋਬਿੰਦ ਸਿੰਘ ਜੀ ਨਿਕਲ ਜਾਂਦੇ ਨੇ, ਸਾਨੂੰ ਸ਼ੱਕ ਹੈ, ਅਸੀਂ ਕੁਝ ਖੁਆ ਕੇ ਦੇਖਣਾ ਚਾਹੁੰਦੇ। ਉਹ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਖੁਆ ਕੇ ਦੇਖ ਲਓ। ਉਹਨਾਂ ਨੇ ਕੁਝ ਖਾਣ ਨਹੀਂ ਦਿੱਤਾ, ਗੁਰੂ ਕਲ ਦੀ ਧਰ ਪਾਤਸ਼ਾਹ ਨੇ ਕਿਰਪਾਨ ਭੇਟ ਕਰਕੇ ਤੇ ਛੱਕ ਲਿਆ, ਕੋਈ ਭੰਗ ਨਹੀਂ ਕੀਤਾ ਇਸ ਤਰ੍ਹਾਂ ਦਾ। ਤੇ ਆਖਰ ਉਸ ਗੁਰਦੁਆਰਾ ਸਾਹਿਬ ਦਾ ਨਾਮ ਕਿਰਪਾਨ ਭੇਟ ਸਾਹਿਬ ਅੱਜ ਵੀ ਉਹ ਮੱਛੀ ਬਣ ਜਾਂਦਾ, ਚਾਰ ਗੁਰਦੁਆਰਾ ਸਾਹਿਬ ਨੇ। ਇੱਥੋਂ ਮੇਰੇ ਪਾਤਸ਼ਾਹ ਅੱਗੇ ਚਲੇ ਗਏ, ਅਤੇ ਅੱਗੇ ਜਾ ਕੇ ਕਈ ਥਾਵਾਂ ਨੂੰ ਵਿਚਰਦੇ ਹਾਂ, ਜੰਗਲ, ਪਹਾੜ, ਲਾਲ ਕਲਾਂ, ਕੁੱਬੇ ਇਤਿਹਾਸ ਹੁੰਦੇ ਹਾਂ, ਲੁਧਿਆਣੇ, ਅਤੇ ਫਿਰ ਆਲਮਗੀਰ ਪਹੁੰਚ ਗਏ। ਆਲਮਗੀਰ ਇੱਕ ਵਪਾਰੀ ਸੀ, ਭਾਈ ਨਗਾਈਆ, ਉਹ ਘੋੜਿਆਂ ਦਾ ਵਪਾਰ ਕਰਦਾ ਸੀ। ਉਸ ਵੇਲੇ ਚਾਰ ਪੰਜ ਘੋੜੇ ਲੈ ਕੇ ਚੰਗੀ ਨਸਲ ਦੇ ਉੱਤੇ ਰੁਕਿਆ ਹੋਇਆ ਸੀ, ਅਤੇ ਉਹਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਏ, ਅਤੇ ਉਹਨੇ ਉਸ ਵੇਲੇ ਇੱਕ ਘੋੜਾ ਭੇਟ ਕੀਤਾ ਗੁਰੂ ਜੀ ਨੂੰ। ਘੋੜਾ ਭੇਟ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਣ ਇੱਥੋਂ ਘੋੜੇ 'ਚ ਸਵਾਰ ਹੁੰਦੇ ਨੇ, ਗਨੀ ਖਾਂ ਕੇ ਨਵੀਂ ਖਾਂ ਨੂੰ ਵਾਪਸ ਭੇਜਦੇ। ਉਹਨਾਂ ਨੂੰ ਗਲੀ ਬੱਕਰੀ 'ਚ ਲੈ ਕੇ ਪਿਆਰ ਕਰਕੇ ਮੁੱਖ ਚੁੰਮ ਕੇ, ਦੋ ਸੋਨੇ ਦੇ ਕੰਗਣ ਅਤੇ ਨਾਲ ਇੱਕ ਹੁਕਮਨਾਮਾ, ਤੁਸੀਂ ਮੇਰੇ ਅਲੀਕ ਪੁੱਤਰ ਹੋ, ਇਹ ਦੇ ਕੇ ਵਾਪਸ ਕਰ ਦਿੰਦੇ ਨੇ। ਅਤੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਰਾਏ ਕੱਲੇ ਕੋਲ ਚਲੇ ਜਾਂਦੇ ਨੇ, ਇਹ ਵੀ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ। ਰਾਏ ਕੱਲੇ ਦੀ ਧੀ ਅਤੇ ਨਿਹੰਗ ਖਾਂ ਦਾ ਬੇਟਾ ਅਸਲਮ ਖਾਂ,
ਇਹ ਆਪਸ ਵਿੱਚ ਹੀ ਮੰਗੇ ਹੋਏ ਨੇ, ਅਜੇ ਸ਼ਾਦੀ ਨਹੀਂ ਸੀ ਹੋਈ, ਮੰਗੇ ਹੋਏ ਨੇ। ਇਹ ਸੁਨੇਹਾ ਖਾਂ ਨੇ ਆਪਣੇ ਕੁੜਮ ਰਾਏ ਇਕੱਲੇ ਕੋਲ ਵੀ ਸੁਨੇਹਾ ਭੇਜਿਆ ਹੋਇਆ ਸੀ ਵੀ ਜੇ ਗੁਰੂ ਜੀ ਇੱਧਰ ਆਉਣ ਤੂੰ ਸੇਵਾ ਕਰੀ। ਹੁਣ ਰਾਏ ਇਕੱਲੇ ਕੋਲ ਗੁਰੂ ਗੋਬਿੰਦ ਸਿੰਘ ਜੀ ਰੁਕੇ ਹੋਏ ਨੇ, ਇੱਥੇ ਕੁਛ ਦਿਨ ਰੁਕਣਾ, ਇੱਥੋਂ ਹੀ ਮਾਹੀ ਨੇ ਜਾਣਾ ਛੋਟੀ ਸਾਹਿਬਾਂ ਦੀਆਂ ਦਾ ਪਤਾ ਕਰਨ ਵਾਸਤੇ। ਚਮਕੌਰ ਦੀ ਗਲੀ ਵਿੱਚ ਜਿਹੜੇ ਬਾਕੀ 11 ਸਿੰਘ ਨੇ ਉਹਨਾਂ ਨਾਲ ਕੀ ਬੀਤੀ, ਉਹਨਾਂ ਦਾ ਸੰਸਕਾਰ ਕਿਵੇਂ ਹੋਇਆ, ਸੰਸਕਾਰ ਕਿਵੇਂ ਹੋਇਆ, ਅਤੇ ਅੱਗੇ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਇਤਿਹਾਸ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਂਝਾ ਕਰਾਂਗੇ। ਮੈਂ ਤੁਹਾਡੇ ਕੋਲ ਹੱਥ ਜੋੜ ਕੇ ਮਾਫ਼ੀ ਮੰਗ ਲਿਆ ਕਿ ਕਿਤੇ ਕਿਤੇ ਮੈਂ ਸ਼ਰਮ ਹੋ ਸਕਦਾ ਘੋੜਾ ਸ਼ਬਦ ਵਰਤਦਾ ਹੋਵਾਂ, ਪਰ ਮੇਰੀ ਭਾਵਨਾ ਸਿਰਫ ਇੰਨੀ ਨਹੀਂ ਹੈ ਵੀ ਇੱਡਾ ਦੁਖਦਾਈ ਇਤਿਹਾਸ ਦਾ ਪੱਖ ਹੁੰਦਾ ਹੈ, ਇਹਨੂੰ ਅਸੀਂ ਡੁੱਬ ਕੇ ਸੁਣ ਸਕਦੇ ਹਾਂ, ਕਹਿਣਾ ਵੀ ਔਖਾ ਸੁਣਨਾ ਵੀ ਔਖਾ। ਗੁਰੂ ਕਿਰਪਾ ਕਰੇ ਜਿਹੜਾ ਸਾਰਾ ਕੁਛ ਹੈ ਨਾ ਧਿਆਨ 'ਤੇ ਹੈ, ਘੁਲਰ ਕੇ ਜਾਂਦਾ ਦੂਜੇ ਦਿਨ ਉਡਾਵਾਂ ਦਿੰਦਾ ਵੀ ਕੱਲ੍ਹ ਮੈਂ ਇੰਨੀ ਵਾਰੀ ਹੱਥ ਖੜਾ ਕਰਦਾ ਰਿਹਾ ਤੁਸੀਂ ਦੇਖੇ ਹੀ ਨਹੀਂ, ਉਹ ਕਹਿੰਦਾ ਮੇਰਾ ਧਿਆਨ ਨਹੀਂ ਸੀ। ਜੇ ਧਿਆਨ ਨਾ ਨਾ ਹੋਇਆ ਤਾਂ ਆਪਾਂ ਨੂੰ ਕੁਛ ਮਿਲਣਾ ਨਹੀਂ, ਫਿਰ ਮੇਰੀ ਤੁਹਾਨੂੰ ਸਿਰਫ ਇਹ ਭੁੱਲ ਚੁੱਕਾ ਦੀ ਖਿਮਾ। ਅੱਜ ਮੈਂ ਇਸ ਗੱਲੋਂ ਦੀ ਥੋੜ੍ਹੀ ਜਿਹੀ ਪ੍ਰਸੰਨਤਾ ਮਹਿਸੂਸ ਕਰ ਰਿਹਾ। ਗਿਆਨੀ ਸੂਬਾ ਸਿੰਘ ਜੀ ਅਸੀਂ ਬਹੁਤ ਲੰਮਾ ਸਮਾਂ ਚੰਡੀਗੜ੍ਹ ਇਕੱਠੇ ਗਏ ਅਤੇ ਇੱਥੇ ਮੈਨੂੰ ਸਰਪ੍ਰਾਈਜ਼ ਜੀ ਮਿਲਿਆ, ਆ ਕੇ ਮੈਂ ਮਿਲਿਆ ਉਹਨਾਂ ਨੂੰ ਅਤੇ ਮੈਨੂੰ ਬਹੁਤ ਖੁਸ਼ੀ ਹੋਈ। ਉਹਨਾਂ ਨੇ ਇੱਥੇ ਆ ਕੇ ਵੀ ਬੜਾ ਪਿਆਰ ਸੰਗਤਾਂ ਤੋਂ ਲਿਆ ਅਤੇ ਉੱਥੇ ਚੰਡੀਗੜ੍ਹ ਵੀ ਚੰਗੇ ਪ੍ਰਚਾਰਕਾਂ ਵਿੱਚ ਉਹਨਾਂ ਦਾ ਨਾਂ ਸੀ ਅਤੇ ਇਕੱਠਿਆਂ ਨੇ ਡਿਊਟੀ ਕੀਤੀ। ਮੈਨੂੰ ਅਤਿਅੰਤ 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 ਖੁਸ਼ੀ ਹੋਈ ਇੱਥੇ ਆ ਕੇ ਲੰਮੇ ਸਮੇਂ ਦੇ ਵਿਛੋੜੇ ਤੋਂ ਬਾਅਦ ਮਿਲਾਪ ਹੋਇਆ। ਗੁਰੂ ਕਿਰਪਾ ਕਰੇ ਅਸੀਂ ਸਾਰੇ ਜੁੜ ਮਿਲ ਬੈਠੀਏ ਅਤੇ ਦੋ ਦਿਵਾਲੀ ਤੁਹਾਡੇ ਕੋਲ ਬਾਕੀ ਨੇ ਉਹ ਲਾ ਕੇ ਫਿਰ ਮੈਂ ਆ ਕੇ ਲੈਣੀ ਹੈ ਅਤੇ ਕੱਲ੍ਹ ਰੋਜ਼ ਅਤੇ ਪਰਸੋਂ ਰੋਜ਼ ਛੋਟੇ ਸਾਹਿਬਜ਼ਾਦੇ ਅਤੇ ਚਮਕੌਰ ਦੀ ਕੜੀ ਦਾ ਬਾਕੀ ਨਹੀਂ ਰਹਿ ਕੇ ਹਰ ਸਾਂਝਾ ਕਰਾਂਗੇ। ਭੁੱਲਾ ਚੁੱਕਾਂ ਨੇ ਕਿਉਂ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।